ਹੈਲੋ ਸਟੂਡੈਂਟਸ, ਅੱਜ ਦੀ ਵੀਡੀਓ ਕਲਾਸ 12ਵੀਂ ਦੇ ਵਿੱਚ ਚੈਪਟਰ ਨੰਬਰ 2 ਕੰਟਰੋਲ ਸਟੇਟਮੈਂਟਸ ਦੇ ਬਾਰੇ ਹੈ। ਇਸ ਵਿੱਚ ਅਸੀਂ ਇੱਕ ਵੱਡਾ ਸੀ ਲੈਂਗੁਏਜ ਦਾ ਪ੍ਰੋਗਰਾਮ ਸਮਝਾਂਗੇ, ਜਿਸ ਵਿੱਚ ਇਫ, ਇਫ ਐਲਸ, ਐਲਸ ਇਫ, ਸਵਿਚ ਕੇਸ ਸਟੇਟਮੈਂਟਸ ਸ਼ਾਮਿਲ ਹੋਣਗੀਆਂ। ਤਿੰਨ ਪ੍ਰਕਾਰ ਦੇ ਲੂਪ, ਡੂ ਵਾਇਲ, ਵਾਇਲ, ਫਾਰ ਲੂਪ ਸ਼ਾਮਿਲ ਹੋਣਗੇ। ਬ੍ਰੇਕ, ਕੰਟੀਨਿਊ ਐਂਡ ਗੋ ਟੂ ਸਟੇਟਮੈਂਟ ਸ਼ਾਮਿਲ ਹੋਣਗੀਆਂ। ਸੋ ਇਹ ਇੱਕ ਆਲ ਇਨ ਵਨ ਸੀ ਦਾ ਪ੍ਰੋਗਰਾਮ ਹੋਏਗਾ ਜਿਸ ਨੂੰ ਅਸੀਂ ਸਮਝਾਂਗੇ। ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਗਰਾਮ ਥੋੜ੍ਹਾ ਲੰਮਾ ਜ਼ਰੂਰ ਹੈ ਪਰ ਸੌਖਾ ਹੈ, ਅਤੇ ਸੈਕਿੰਡ ਚੈਪਟਰ ਕਲਾਸ 12ਵੀਂ ਦੇ ਸਾਰੇ ਜੋ ਟੌਪਿਕਸ ਹਨ ਉਹਨਾਂ ਲਈ ਇਹ ਇਕੱਲਾ ਪ੍ਰੋਗਰਾਮ ਹੀ ਕਾਫੀ ਹੈ ਅਤੇ ਸਾਰੇ ਟੌਪਿਕਸ ਨੂੰ ਕਵਰ ਕਰਦਾ ਹੈ। ਸੋ ਆਓ ਸਟੂਡੈਂਟਸ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਮੈਂ ਪ੍ਰੋਗਰਾਮ ਸੀ ਲੈਂਗੁਏਜ ਦਾ ਪਹਿਲਾਂ ਹੀ ਲਿਖ ਰੱਖਿਆ ਹੈ। ਮੈਂ ਸੋਫਟਵੇਅਰ ਵਰਤ ਰਿਹਾ ਹਾਂ ਕੋਡ ਬਲੋਕਸ, ਜੋ ਕਿ ਇੱਕ ਸੀ, ਸੀ ਪਲੱਸ ਪਲੱਸ ਦਾ IDE ਹੈ, ਇੰਟੀਗ੍ਰੇਟਡ ਡਿਵੈਲਪਮੈਂਟ ਇਨਵਾਇਰਮੈਂਟ ਸੋਫਟਵੇਅਰ, ਫ੍ਰੀ ਆਫ ਕੋਸਟ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ 'ਤੇ ਅਸੀਂ ਇਸ ਨੂੰ ਇੰਸਟਾਲ ਕਰ ਸਕਦੇ ਹਾਂ। ਅਸੀਂ ਇਸ ਪ੍ਰੋਗਰਾਮ ਦੀ ਕੋਡਿੰਗ ਨੂੰ ਇੰਟਰਨੈਟ ਉੱਤੇ ਅਲੱਗ ਅਲੱਗ ਵੈਬਸਾਈਟਸ 'ਤੇ ਵੀ ਰਨ ਕਰਕੇ ਵੇਖ ਸਕਦੇ ਹਾਂ, ਪ੍ਰੈਕਟਿਸ ਕਰ ਸਕਦੇ ਹਾਂ, ਟਰਾਈ ਕਰ ਸਕਦੇ ਹਾਂ। ਉਹਨਾਂ ਵੈਬਸਾਈਟਸ ਬਾਰੇ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗਾ। ਜੇਕਰ ਤੁਹਾਡੇ ਕੋਲ ਕੋਈ ਵੀ ਸੀ ਲੈਂਗੁਏਜ ਦਾ ਐਡੀਟਰ ਜਾਂ IDE ਆਪਣੇ ਕੰਪਿਊਟਰ 'ਤੇ ਮੌਜੂਦ ਨਹੀਂ ਹੈ, ਇੰਸਟਾਲ ਨਹੀਂ ਹੈ, ਤਾਂ ਤੁਸੀਂ ਕਿਸ ਤਰ੍ਹਾਂ ਸੀ ਕੰਪਾਈਲਰ ਵਾਲੀਆਂ ਵੈਬਸਾਈਟਸ ਜਿੱਥੇ ਸੀ ਦਾ ਪ੍ਰੋਗਰਾਮ ਰਨ ਕੀਤਾ ਜਾ ਸਕਦਾ ਹੈ, ਟਾਈਪ ਕੀਤਾ ਜਾ ਸਕਦਾ ਹੈ ਅਤੇ ਚਲਾ ਕੇ ਵੇਖਿਆ ਜਾ ਸਕਦਾ ਹੈ, ਉਹਨਾਂ ਵੈਬਸਾਈਟਸ ਬਾਰੇ ਮੈਂ ਤੁਹਾਨੂੰ ਦੱਸੂਗਾ। ਤੁਸੀਂ ਫਿਰ ਆਪਣਾ ਮੋਬਾਈਲ, ਇੰਟਰਨੈਟ ਅਤੇ ਵੈਬ ਬਰਾਊਜ਼ਰ ਵਰਤ ਕੇ ਇਸ ਪ੍ਰੋਗਰਾਮ ਨੂੰ ਟੈਸਟ ਕਰ ਸਕਦੇ ਹੋ ਅਤੇ ਚਲਾ ਕੇ ਵੇਖ ਸਕਦੇ ਹੋ। ਸੋ ਸਭ ਤੋਂ ਪਹਿਲਾਂ ਅਸੀਂ ਲਾਈਨ ਨੰਬਰ 1 ਵਿੱਚ ਹੈਸ਼, ਇਸ ਸਿੰਬਲ ਨੂੰ ਹੈਸ਼ ਕਹਿੰਦੇ ਹਨ, ਇਨਕਲੂਡ stdio.h ਸਟੈਂਡਰਡ ਇਨਪੁੱਟ ਆਊਟਪੁੱਟ ਡੋਟ ਹੈਡਰ ਫਾਈਲ ਦੀ ਡਿਕਲੇਰੇਸ਼ਨ ਲਿਖੀ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਹੀ ਲਿਖ ਲੈਣਾ ਹੈ। ਫਿਰ ਸੀ ਦਾ ਪ੍ਰੋਗਰਾਮ ਹਮੇਸ਼ਾ ਮੇਨ ਫੰਕਸ਼ਨ ਤੋਂ ਸ਼ੁਰੂ ਹੁੰਦਾ ਹੈ। ਫੰਕਸ਼ਨ ਦੀ ਨਿਸ਼ਾਨੀ ਹੈ ਕਿ ਦੋ ਗੋਲ ਬ੍ਰੈਕਿਟਸ ਹੋਣਗੀਆਂ। ਅਸੀਂ ਮੇਨ ਫੰਕਸ਼ਨ ਵਿੱਚ ਹੀ ਆਪਣੀ ਸਾਰੀ ਪ੍ਰੋਗਰਾਮ ਦੀ ਕੋਡਿੰਗ ਕਰਾਂਗੇ। ਮੇਨ ਫੰਕਸ਼ਨ ਦਾ ਸੀ ਪ੍ਰੋਗਰਾਮ ਵਿੱਚ ਹੋਣਾ ਜ਼ਰੂਰੀ ਹੈ। ਇਹ ਐਗਜ਼ੀਕਿਊਸ਼ਨ ਲਈ ਇੱਕ ਇਨਪੁੱਟ ਗੇਟ ਵਜੋਂ ਕੰਮ ਕਰਦਾ ਹੈ। ਸੀ ਦੇ ਪ੍ਰੋਗਰਾਮ ਵਿੱਚ ਕਈ ਫੰਕਸ਼ਨ ਹੋ ਸਕਦੇ ਹਨ ਪਰ ਪ੍ਰੋਗਰਾਮ ਨੂੰ ਸ਼ੁਰੂ ਮੇਨ ਫੰਕਸ਼ਨ ਤੋਂ ਹੀ ਕੀਤਾ ਜਾਂਦਾ ਹੈ। ਫੰਕਸ਼ਨ ਕੋਈ ਕੰਮ ਕਰਦਾ ਹੈ ਅਤੇ ਫਿਰ ਉਸਦਾ ਰਿਜ਼ਲਟ
ਰਿਟਰਨ ਕਰਦਾ ਹੈ, ਭਾਵ ਕੋਈ ਵੈਲਿਊ ਰਿਟਰਨ ਕਰੇਗਾ, ਵਾਪਸ ਕਰੇਗਾ ਜਿਸਨੇ ਫੰਕਸ਼ਨ ਨੂੰ ਕਾਲ ਕੀਤਾ ਹੈ, ਭਾਵ ਉਸ ਫੰਕਸ਼ਨ ਨੂੰ ਚਲਾਇਆ ਹੈ। ਅਸੀਂ ਸ਼ੁਰੂਆਤ ਵਿੱਚ ਆਈ ਐਨ ਟੀ ਇੰਟ ਲਿਖਿਆ ਹੈ, ਇਹ ਇੱਕ ਡਾਟਾ ਟਾਈਪ ਹੈ, ਭਾਵ ਇਹ ਮੇਨ ਫੰਕਸ਼ਨ ਜੋ ਵੀ ਕੰਮ ਕਰੇਗਾ ਉਸਦੀ ਜੋ ਇਹ ਕੀਮਤ ਵਾਪਸ ਕਰੇਗਾ ਉਹ ਅੰਕਾਂ ਵਿੱਚ ਹੋਵੇਗੀ। ਇੰਟ ਮੇਨ ਫੰਕਸ਼ਨ, ਕਰਲੀ ਬ੍ਰੈਕਟ ਵਿੱਚ ਅਸੀਂ ਲਿਖਦੇ ਹਾਂ, ਕਰਲੀ ਬ੍ਰੈਕਟ ਅਸੀਂ ਸ਼ੁਰੂ ਕਰ ਲਈ ਹੈ, ਫਿਰ ਅਸੀਂ ਇੱਕ ਵੇਰੀਏਬਲ ਡਿਕਲੇਅਰ ਕੀਤਾ ਹੈ ਨਮ ਨਾਮ ਦਾ, ਜਿਸ ਦੀ ਡਾਟਾ ਟਾਈਪ ਇੰਟ ਹੈ, ਇੰਟ ਦਾ ਮਤਲਬ ਇੰਟੀਜਰ ਮਤਲਬ ਅੰਕ ਹੈ, ਸੈਮੀਕੋਲਨ ਪਾਇਆ ਹੈ, ਇਹ ਇੱਕ ਵੇਰੀਏਬਲ ਦੀ ਡਿਕਲੇਰੇਸ਼ਨ ਹੈ, ਵੇਰੀਏਬਲ ਦਾ ਭਾਵ ਹੈ ਵੀ ਅਸੀਂ ਇਸ ਵਿੱਚ ਕੋਈ ਕੀਮਤ ਨੂੰ ਸਟੋਰ ਕਰਾਂਗੇ। ਸੋ ਅਸੀਂ ਫਿਰ ਯੂਜ਼ਰ ਤੋਂ ਇਨਪੁੱਟ ਲੈਣ ਲਈ ਇੱਕ ਫੰਕਸ਼ਨ ਲਿਖਿਆ ਹੈ ਪ੍ਰਿੰਟ ਐਫ, ਜੋ ਕਿ ਬਿਲਟ ਇਨ ਫੰਕਸ਼ਨ ਹੈ, ਸਕਰੀਨ 'ਤੇ ਕੋਈ ਮੈਸੇਜ ਦਿਖਾਉਣ ਲਈ ਅਸੀਂ ਪ੍ਰਿੰਟ ਐਫ ਫੰਕਸ਼ਨ ਦੀ ਵਰਤੋਂ ਕਰਦੇ ਹਾਂ। ਫੰਕਸ਼ਨ ਦੀ ਨਿਸ਼ਾਨੀ ਕੀ ਹੈ? ਗੋਲ ਬ੍ਰੈਕਟ, ਇਹ ਗੋਲ ਬ੍ਰੈਕਟ ਵਿੱਚ ਲਿਖਿਆ ਜਾਵੇਗਾ। ਪ੍ਰਿੰਟ ਐਫ ਵੀ ਇੱਕ ਫੰਕਸ਼ਨ ਹੈ, ਇਸ ਵਿੱਚ ਅਸੀਂ ਡਬਲ ਕੌਮਿਆਂ ਵਿੱਚ ਲਿਖਿਆ ਹੈ ਐਂਟਰ ਅ ਨੰਬਰ, ਇਹ ਸਕਰੀਨ 'ਤੇ ਯੂਜ਼ਰ ਨੂੰ ਦਿਖਾਈ ਦੇਵੇਗਾ। ਲਿਖਣ ਤੋਂ ਬਾਅਦ ਸੈਮੀ ਕੋਲਨ ਪਾਇਆ ਹੈ। ਉਸ ਤੋਂ ਬਾਅਦ ਅਸੀਂ ਇੱਕ ਹੋਰ ਫੰਕਸ਼ਨ ਯੂਜ਼ ਕੀਤਾ ਹੈ ਸਕੈਨ ਐਫ, ਜੋ ਯੂਜ਼ਰ ਦੁਆਰਾ ਕੀਬੋਰਡ ਰਾਹੀਂ ਟਾਈਪ ਕੀਤੀ ਕੀਮਤ ਨੂੰ ਪੜ੍ਹੇਗਾ। ਜਦੋਂ ਯੂਜ਼ਰ ਕੋਈ ਕੀਮਤ ਲਿਖ ਕੇ ਐਂਟਰ ਕੀ ਪ੍ਰੈਸ ਕਰੇਗਾ ਤਾਂ ਸਾਡਾ ਇਹ ਸਕੈਨ ਐਫ ਫੰਕਸ਼ਨ ਚੱਲੇਗਾ ਅਤੇ ਇਹ ਜੋ ਵੀ ਕੀਮਤ ਯੂਜ਼ਰ ਨੇ ਐਂਟਰ ਕੀਤੀ ਹੋਵੇਗੀ ਉਸਨੂੰ ਪਰਸੈਂਟੇਜ ਡੀ ਦੀ ਮਦਦ ਨਾਲ ਨਮ ਵੇਰੀਏਬਲ ਵਿੱਚ ਸਟੋਰ ਕਰੇਗਾ। ਪਿਆਰੇ ਵਿਦਿਆਰਥੀਓ, ਸੀ ਲੈਂਗੁਏਜ ਕੇਸ ਸੈਂਸਿਟਿਵ ਲੈਂਗੁਏਜ ਹੈ, ਵੱਡੇ ਅੱਖਰਾਂ ਨੂੰ ਵੱਡੇ ਅੱਖਰਾਂ ਦੀ ਤਰ੍ਹਾਂ ਪਾਉਣਾ ਹੈ, ਛੋਟੇ ਅੱਖਰਾਂ ਨੂੰ ਛੋਟੇ ਅੱਖਰਾਂ ਦੀ ਤਰ੍ਹਾਂ ਪਾਉਣਾ ਹੈ। ਜਿੱਥੇ ਏ ਬੀ ਸੀ ਦੇ ਵੱਡੇ ਅੱਖਰ ਪਾਏ ਗਏ ਹਨ ਤੁਸੀਂ ਵੱਡੇ ਪਾਉਣੇ ਹਨ, ਜਿੱਥੇ ਛੋਟੇ ਪਾਏ ਗਏ ਹਨ ਤੁਸੀਂ ਛੋਟੇ ਪਾਉਣੇ ਹਨ। ਇਸ ਨੂੰ ਕੇਸ ਸੈਂਸਿਟਿਵ ਟੈਕਨੀਕਲ ਟਰਮ ਵਿੱਚ ਕਿਹਾ ਜਾਂਦਾ ਹੈ। ਯੂਜ਼ਰ ਤੋਂ ਅਸੀਂ ਇੱਕ ਨੰਬਰ ਇਨਪੁੱਟ ਕਰਵਾਵਾਂਗੇ ਅਤੇ ਉਸਨੂੰ ਨਮ ਨਾਂ ਦੇ ਵੇਰੀਏਬਲ ਵਿੱਚ ਸਟੋਰ ਕਰਾਂਗੇ। ਯੂਜ਼ਰ ਕੋਈ ਨੰਬਰ ਐਂਟਰ ਕਰੇਗਾ ਜੋ ਕਿ ਅੰਕ ਹੋਵੇਗਾ, ਜੋ ਕਿ ਇੰਟੀਜਰ ਹੋਵੇਗਾ, ਅਤੇ ਨਮ ਵੇਰੀਏਬਲ ਦੀ ਡਾਟਾ ਟਾਈਪ ਵੀ ਇੰਟੀਜਰ ਅਸੀਂ ਉੱਪਰ ਡਿਕਲੇਅਰ ਕੀਤੀ ਹੈ ਪ੍ਰਿੰਟ ਐਫ ਫੰਕਸ਼ਨ ਸਕਰੀਨ 'ਤੇ ਕੁਛ ਡਿਸਪਲੇ ਕਰਨ ਲਈ ਵਰਤਿਆ ਜਾਵੇਗਾ। ਸਕੈਨ ਐਫ ਫੰਕਸ਼ਨ ਯੂਜ਼ਰ ਦੀ ਕੀਬੋਰਡ ਰਾਹੀਂ ਇਨਪੁੱਟ ਕੀਤੀ ਹੋਈ ਵੈਲਿਊ ਨੂੰ ਪ੍ਰੋਗਰਾਮ ਵਿੱਚ ਲੈ ਕੇ ਆਉਣ ਲਈ ਅਤੇ ਸਾਡੇ ਵੇਰੀਏਬਲ ਵਿੱਚ ਸਟੋਰ ਕਰਨ ਲਈ ਵਰਤਿਆ ਜਾਵੇਗਾ। ਸਕੈਨ ਐਫ ਫੰਕਸ਼ਨ ਕਿਸ ਤਰ੍ਹਾਂ ਲਿਖਣਾ ਹੈ ਤੁਸੀਂ ਦੇਖ ਲਓ ਸਕਰੀਨ ਉੱਤੇ। ਸਕੈਨ ਐਫ, ਦੋ ਗੋਲ ਬ੍ਰੈਕਟਸ, ਡਬਲ ਕੌਮਿਆਂ ਵਿੱਚ ਪਰਸੈਂਟੇਜ ਡੀ, ਅਤੇ ਫਿਰ ਐਮ ਪਰਸੈਂਟ ਜਿਹਨੂੰ ਐਂਡ ਬੋਲਦੇ ਹਾਂ, ਨਾਮ ਸੈਮੀਕੋਲਨ। ਫਿਰ ਸਟੂਡੈਂਟਸ, ਅਸੀਂ ਇਫ ਸਟੇਟਮੈਂਟ ਨੂੰ ਯੂਜ਼ ਕਰਾਂਗੇ। ਇਫ ਸਟੇਟਮੈਂਟ ਹੈ ਵੀ ਜੇਕਰ ਨੰਬਰ ਜ਼ੀਰੋ ਤੋਂ ਵੱਡਾ ਹੈ ਤਾਂ ਸਕਰੀਨ 'ਤੇ ਪ੍ਰਿੰਟ ਕੀਤਾ ਜਾਵੇ ਵੀ ਨੰਬਰ ਪੋਜ਼ਿਟਿਵ ਹੈ, ਕਿਉਂਕਿ ਜ਼ੀਰੋ ਤੋਂ ਜੇਕਰ ਕੋਈ ਅੰਕ ਵੱਡਾ ਹੋਵੇ ਤਾਂ ਉਹ ਪੋਜ਼ਿਟਿਵ ਹੁੰਦਾ, ਜ਼ੀਰੋ ਤੋਂ ਛੋਟਾ ਹੋਵੇ ਤਾਂ ਉਹ ਨੈਗੇਟਿਵ ਨੰਬਰ ਹੁੰਦਾ। ਸੋ ਇਫ ਨੂੰ ਲਿਖਣ ਦਾ ਤਰੀਕਾ, ਇਫ ਪਾਉਣ ਤੋਂ ਬਾਅਦ ਗੋਲ ਬ੍ਰੈਕਟਾਂ ਵਿੱਚ ਅਸੀਂ ਕੰਡੀਸ਼ਨ ਪਾਉਂਦੇ ਹਾਂ, ਕਰਲੀ ਬ੍ਰੈਕਟ ਨਾਲ ਅਸੀਂ ਇਫ ਦੀ ਬਾਡੀ ਲਿਖਾਂਗੇ, ਜਿਸ ਵਿੱਚ ਪਹਿਲੀ ਹੀ ਸਟੇਟਮੈਂਟ ਸਾਡੀ ਹੋਏਗੀ ਪ੍ਰਿੰਟ ਐਫ ਦਾ ਨੰਬਰ ਇਜ਼ ਪੋਜ਼ਿਟਿਵ। ਸਲੈਸ਼ ਐਨ ਦਾ ਮਤਲਬ ਹੈ ਕਿ ਫਿਰ ਕਰਸਰ ਨਵੀਂ ਲਾਈਨ 'ਤੇ ਚਲਿਆ ਜਾਵੇਗਾ ਸਕਰੀਨ ਉੱਤੇ ਅਤੇ ਅਗਲੀ ਗੱਲ ਨਵੀਂ ਲਾਈਨ ਵਿੱਚ ਪ੍ਰਿੰਟ ਹੋਵੇਗੀ। ਇਸ ਤੋਂ ਬਾਅਦ ਅਸੀਂ ਇਫ ਸਟੇਟਮੈਂਟ ਵਿੱਚ ਹੀ
ਇੱਕ ਹੋਰ ਇਫ ਸਟੇਟਮੈਂਟ ਲਿਖੀ ਹੈ, ਇਸ ਨੂੰ ਨੈਸਟਡ ਇਫ ਕਿਹਾ ਜਾਂਦਾ ਹੈ। ਜਦੋਂ ਇੱਕ ਇਫ ਸਟੇਟਮੈਂਟ ਵਿੱਚ ਦੂਜੀ ਇਫ ਸਟੇਟਮੈਂਟ ਲਿਖੀ ਜਾਵੇ ਤਾਂ ਉਸ ਨੂੰ ਨੈਸਟਡ ਇਫ ਕਿਹਾ ਜਾਂਦਾ ਹੈ। ਇੱਥੇ ਅਸੀਂ ਚੈੱਕ ਕਰ ਰਹੇ ਹਾਂ ਕਿ ਜੇਕਰ ਨੰਬਰ 0 ਤੋਂ ਵੱਡਾ ਹੋਇਆ ਤਾਂ ਸਾਡੀ ਇਹ ਇਫ ਸਟੇਟਮੈਂਟ ਚੱਲੇਗੀ। ਇਸ ਗੱਲ ਦਾ ਧਿਆਨ ਰੱਖਣਾ, ਕਿਉਂਕਿ ਜੇਕਰ ਇਹ ਕੰਡੀਸ਼ਨ ਸਾਡੀ ਝੂਠੀ ਹੋਈ ਫਿਰ ਐਲਸ ਇਫ 'ਤੇ ਡਾਇਰੈਕਟਲੀ ਅਸੀਂ ਆ ਜਾਵਾਂਗੇ। ਐਲਸ ਇਫ ਜੇ ਇਹ ਇਫ ਸਟੇਟਮੈਂਟ ਸਾਡੀ ਗਲਤ ਸਾਬਤ ਹੁੰਦੀ ਹੈ, ਭਾਵ ਨੰਬਰ ਨੈਗੇਟਿਵ ਹੋਇਆ, ਤਾਂ ਸਿੱਧਾ ਅਸੀਂ ਐਲਸ ਇਫ 'ਤੇ ਆਵਾਂਗੇ। ਇਫ ਸਟੇਟਮੈਂਟ ਵਿੱਚ ਅਸੀਂ ਇੱਕ ਇਫ ਐਲਸ ਸਟੇਟਮੈਂਟ ਲਿਖੀ ਹੈ ਜੋ ਇਸ ਤਰ੍ਹਾਂ ਖਤਮ ਹੁੰਦੀ ਹੈ, ਜੋ ਮੈਂ ਹਾਈਲਾਈਟ ਕੀਤਾ ਹੈ। ਇਫ ਨੰਬਰ ਮੋਡੂਲਸ ਓਪਰੇਟਰ, ਪਰਸੈਂਟੇਜ ਦੇ ਸਾਈਨ ਨੂੰ ਮੋਡੂਲਸ ਓਪਰੇਟਰ ਕਹਿੰਦੇ ਨੇ। ਇਹ ਨੰਬਰ 'ਚ ਜਿਹੜੀ ਵੈਲਿਊ ਯੂਜ਼ਰ ਨੇ ਆਪਾਂ ਨੂੰ ਕੀਬੋਰਡ ਰਾਹੀਂ ਦਿੱਤੀ ਹੈ ਉਸਨੂੰ 2 'ਤੇ ਵੰਡੇਗਾ ਅਤੇ ਚੈੱਕ ਕਰੇਗਾ ਵੀ ਕੀ ਯੂਜ਼ਰ ਦੁਆਰਾ ਐਂਟਰ ਕੀਤੀ ਵੈਲਿਊ 2 'ਤੇ ਪੂਰੀ ਪੂਰੀ ਵੰਡੀ ਜਾਂਦੀ ਹੈ। ਨਾਮ ਪਰਸੈਂਟੇਜ ਦਾ ਸਾਈਨ 2 ਇਕੁਅਲ ਟੂ 2 ਬਰਾਬਰ ਹੈ ਦੇ ਸਾਈਨ ਪਾਏ ਜਾਂਦੇ ਨੇ ਬਰਾਬਰ ਚੈੱਕ ਕਰਨ ਲਈ, ਕੀਮਤਾਂ ਦੀ ਬਰਾਬਰਤਾ ਦੇਖਣ ਲਈ। ਜਦੋਂ ਅਸੀਂ ਨੰਬਰ ਵੇਰੀਏਬਲ 'ਚ ਜਿਹੜੀ ਵੈਲਿਊ ਸਟੋਰ ਹੈ ਉਸ ਨੂੰ 2 'ਤੇ ਵੰਡਦੇ ਹਾਂ ਅਤੇ ਜੋ ਬਾਕੀ ਬਚਦਾ ਹੈ ਉਹ ਆਹ ਮੋਡੂਲਸ ਓਪਰੇਟਰ ਦੀ ਮਦਦ ਨਾਲ ਸਾਨੂੰ ਪ੍ਰਾਪਤ ਹੋਵੇਗਾ। ਸੋ ਮੰਨ ਲਓ ਵੀ ਜੇ ਯੂਜ਼ਰ ਨੇ ਨੰਬਰ 4 ਐਂਟਰ ਕੀਤਾ ਹੈ ਤਾਂ 4 ਨੂੰ ਜਦੋਂ ਅਸੀਂ 2 'ਤੇ ਵੰਡਾਂਗੇ ਤਾਂ ਸੋਚੋ ਪਿੱਛੇ ਕਿੰਨਾ ਬਚੂਗਾ। ਵਿਦਿਆਰਥੀਓ, ਪਿੱਛੇ 0 ਬਚੂਗਾ, ਕਿਉਂਕਿ 4 2 'ਤੇ ਪੂਰਾ ਪੂਰਾ ਵੰਡਿਆ ਜਾਂਦਾ ਅਤੇ ਫਿਰ ਸਾਡੀ ਇਹ ਕੰਡੀਸ਼ਨ ਸਹੀ ਹੋ ਜੂਗੀ। ਜੇ ਸਹੀ ਹੋ ਜੂਗੀ ਤਾਂ ਫਿਰ ਪਹਿਲੀ ਸਟੇਟਮੈਂਟ ਰਨ ਹੋਊਗੀ ਅਤੇ ਸਕਰੀਨ 'ਤੇ ਪ੍ਰਿੰਟ ਐਫ ਫੰਕਸ਼ਨ ਦਾ ਮਤਲਬ ਹੈ ਸਕਰੀਨ 'ਤੇ ਕੁਝ ਪ੍ਰਿੰਟ ਕਰਨਾ ਅਤੇ ਕੀ ਪ੍ਰਿੰਟ ਕਰੂਗਾ ਇਹ ਪ੍ਰੋਗਰਾਮ, ਦਾ ਨੰਬਰ ਇਜ਼ ਈਵਨ, ਨੰਬਰ 2 'ਤੇ ਵੰਡਿਆ ਜਾ ਸਕਦਾ ਹੈ। ਈਵਨ ਮੈਨੇ ਤੁਹਾਨੂੰ ਪਤਾ ਹੀ ਹੈ, ਜਿਸਤ ਬੋਲਦੇ ਹਾਂ ਜਿਹਨੂੰ, ਜਿਹੜਾ 2 'ਤੇ ਪੂਰਾ ਪੂਰਾ ਵੰਡਿਆ ਜਾਵੇ। ਸਲੈਸ਼ ਐਨ ਨੇ ਲਾਈਨ ਬਦਲ ਦੇਣੀ ਹੈ, ਕਰਸਰ ਅਗਲੀ ਲਾਈਨ 'ਤੇ ਚੱਲ ਜੂਗਾ। ਜੇਕਰ ਨੰਬਰ ਉਰੇ ਤੁਸੀਂ ਮੰਨ ਲਓ 3, 5, 7 ਲਿਖਤਾ, ਹੁਣ 3 ਨੰਬਰ ਜੇ ਲਿਖਿਆ ਯੂਜ਼ਰ ਨੇ ਐਂਟਰ ਕੀਤਾ ਕੀਬੋਰਡ ਰਾਹੀਂ ਅਤੇ ਨਾਮ 'ਚ 3 ਵੈਲਿਊ ਆ ਗਈ ਅਤੇ ਜਦੋਂ ਅਸੀਂ 3 ਨੂੰ ਮੋਡੂਲਸ ਓਪਰੇਟਰ ਨਾਲ 2 'ਤੇ ਵੰਡਾਂਗੇ ਤਾਂ ਬਾਕੀ ਕੀ ਬਚੂਗਾ? 1 ਬਚੂਗਾ, ਕਿਉਂਕਿ 3 ਪੂਰਾ ਪੂਰਾ 2 'ਤੇ ਵੰਡਿਆ ਨਹੀਂ ਜਾਂਦਾ। ਇਸ ਲਈ ਇਹ ਕੰਡੀਸ਼ਨ ਝੂਠੀ ਹੋ ਜਾਏਗੀ, ਇਫ ਸਟੇਟਮੈਂਟ ਇਹ ਵਾਲੀ ਝੂਠੀ ਹੋਗੀ। ਜੇ ਝੂਠੀ ਹੋਗੀ, ਫਾਲਸ ਹੋਗੀ, ਤਾਂ ਫਿਰ ਅਸੀਂ ਲਿਖਿਆ ਐਲਸ। ਜੇਕਰ ਇਹ ਸਹੀ ਹੈ ਤਾਂ ਆਹ ਲਾਈਨ ਪ੍ਰਿੰਟ ਹੋਵੇ, ਨਹੀਂ ਤਾਂ ਆਹ ਲਾਈਨ ਪ੍ਰਿੰਟ ਹੋਵੇ ਤਾਂ ਹੁਣ ਉਰੇ ਪ੍ਰਿੰਟ ਹੋ ਜੂਗਾ ਨੰਬਰ ਇਜ਼ ਔਡ। ਠੀਕ ਹੈ ਜੀ, ਤਾਂ ਕੀ ਹੋ ਜੂਗਾ? ਦਾ ਨੰਬਰ ਇਜ਼ ਔਡ। ਪਰ ਇਹ ਪੂਰਾ ਬਲੋਕ ਇਫ ਐਲਸ ਵਾਲਾ ਤਾਂ ਚੱਲੂਗਾ, ਸੋਰੀ, ਇੱਥੋਂ ਪ੍ਰਿੰਟ ਐਫ ਤੋਂ ਲੈ ਕੇ ਐਲਸ ਤੱਕ ਤਾਂ ਚੱਲੂਗਾ ਜੇਕਰ ਨੰਬਰ 0 ਤੋਂ ਵੱਡਾ ਹੈ। ਜੇ ਨੰਬਰ 0 ਤੋਂ ਛੋਟਾ ਹੋਇਆ, ਭਾਵ ਨੈਗੇਟਿਵ ਹੋਇਆ, ਤਾਂ ਇਹਨਾਂ ਵਿੱਚੋਂ ਕੁਛ ਵੀ ਐਗਜੀਕਿਊਟ ਨਹੀਂ ਹੋਵੇਗਾ ਅਤੇ ਸਾਡੀ ਕਹਾਣੀ ਸਿੱਧੀ ਐਲਸ ਇਫ 'ਤੇ ਆਵੇਗੀ। ਐਲਸ ਇਫ ਨਮ ਇਜ਼ ਲੈੱਸ ਦੈਨ 0, ਨਹੀਂ ਤਾਂ ਜੇਕਰ ਨੰਬਰ ਵਿੱਚ ਜਿਹੜੀ ਵੈਲਿਊ ਹੈ ਉਹ 0 ਤੋਂ ਛੋਟੀ ਹੈ ਫਿਰ ਕੀ ਹੋਊਗਾ? ਪ੍ਰਿੰਟ ਐਫ ਦਾ ਨੰਬਰ ਇਜ਼ ਨੈਗੇਟਿਵ, ਐਲਸ ਪ੍ਰਿੰਟ ਐਫ ਦਾ ਨੰਬਰ ਇਜ਼ 0।
ਦੇਖੋ ਇੱਥੇ ਕੰਡੀਸ਼ਨ ਕੀ ਹੈ ਵੀ ਜਾਂ ਤਾਂ ਜਿਹੜੀ ਨਮ ਵੇਰੀਏਬਲ 'ਚ ਵੈਲਿਊ ਹੈ ਉਹ 0 ਤੋਂ ਛੋਟੀ ਹੋ ਸਕਦੀ ਹੈ, ਪਰ ਯੂਜ਼ਰ 0 ਵੀ ਤਾਂ ਐਂਟਰ ਕਰ ਸਕਦਾ। ਸੋ ਉੱਪਰ ਚੈੱਕ ਕਰ ਲਿਆ ਵੀ ਕੀ ਨਮ ਵੇਰੀਏਬਲ 'ਚ ਵੈਲਿਊ 0 ਤੋਂ ਵੱਡੀ ਹੈ, ਇਹ ਗਲਤ ਹੋ ਗਈ। ਤਾਂ ਉਰੇ ਚੈੱਕ ਕਰ ਲਿਆ ਵੀ ਕੀ ਨਮ ਵਿੱਚ ਵੈਲਿਊ 0 ਤੋਂ ਛੋਟੀ ਹੈ, ਜੇ ਛੋਟੀ ਹੈ ਤਾਂ ਪ੍ਰਿੰਟ ਕਰ ਦਿਉ ਪ੍ਰਿੰਟ ਫੰਕਸ਼ਨ ਦੀ ਮਦਦ ਨਾਲ, ਨੰਬਰ ਇਜ਼ ਨੈਗੇਟਿਵ। ਨਹੀਂ ਤਾਂ ਅਫਕੋਰਸ ਜੇ ਨਾ ਛੋਟੀ ਹੈ ਨਾ ਵੱਡੀ ਹੈ ਤਾਂ ਕੀ ਹੋਊਗੀ, ਬਰਾਬਰ ਹੋਊਗੀ। ਬਰਾਬਰ ਹੋ ਬਰਾਬਰ ਕੀ ਹੈ ਤਾਂ 0 ਹੋਊਗੀ, ਦਾ ਨੰਬਰ ਇਜ਼ 0 ਪ੍ਰਿੰਟ ਹੋ ਜੂਗਾ। ਦੇਖੋ ਇਸ ਵਿੱਚ ਅਸੀਂ ਕੀ ਐਗਜ਼ਾਮਪਲ ਲਈ ਹੈ, ਇਕੱਲੀ ਇਫ ਸਟੇਟਮੈਂਟ ਦੀ ਵੀ ਐਗਜ਼ਾਮਪਲ ਲਈ ਹੈ, ਫਿਰ ਇਫ ਐਲਸ ਦੀ ਵੀ ਐਗਜ਼ਾਮਪਲ ਲਈ ਹੈ, ਫਿਰ ਐਲਸ ਇਫ ਐਲਸ ਦੀ ਵੀ ਐਗਜ਼ਾਮਪਲ ਲਈ ਹੈ, ਐਲਸ ਇਫ ਐਲਸ ਦੀ ਵੀ ਐਗਜ਼ਾਮਪਲ ਲਈ ਹੈ। ਸੋ ਇਫ ਸਟੇਟਮੈਂਟਸ ਇੰਨੀ ਕੋਡਿੰਗ 'ਚ ਸਾਡੀਆਂ ਪੂਰੀਆਂ ਹੋ ਗਈਆਂ। ਸੋ ਇੰਨਾ ਕੁਛ ਲਿਖਣ ਤੋਂ ਬਾਅਦ ਅਸੀਂ ਡਾਇਰੈਕਟ ਐਂਡ ਵਿੱਚ ਰਿਟਰਨ 0 ਲਿਖ ਕੇ ਕਰਲੀ ਬ੍ਰੈਕਟ ਬੰਦ ਕਰ ਸਕਦੇ ਹਾਂ ਐਂਡ 'ਚ ਆ ਕੇ, ਪਰ ਆਪਾਂ ਇੱਕ ਵੱਡਾ ਪ੍ਰੋਗਰਾਮ ਬਣਾਇਆ ਆ, ਹੁਣ ਅਸੀਂ ਸਵਿੱਚ ਕੇਸ ਦੀ ਵਰਤੋਂ ਕਰਾਂਗੇ, ਕਿਉਂਕਿ ਆ ਐਲਸਿਫ ਵਗੈਰਾ ਲਿਖਣੀਆਂ, ਇਹਨਾਂ ਦੀਆਂ ਬ੍ਰੈਕਟਸ ਲਿਖਣੀਆਂ, ਕਰਲੀ ਬ੍ਰੈਕਟਸ ਲਿਖਣੀਆਂ, ਇਹ ਥੋੜ੍ਹਾ ਜਿਹਾ ਕੰਪਲੀਕੇਟਡ ਕੰਮ ਹੋ ਜਾਂਦਾ, ਔਖਾ ਕੰਮ ਹੋ ਜਾਂਦਾ, ਅਤੇ ਇਹਦੇ 'ਚ ਗਲਤੀ ਹੋਣ ਦੇ ਚਾਂਸ ਹੁੰਦੇ ਨੇ। ਸੋ ਅਸੀਂ ਸਵਿੱਚ ਕੇਸ ਸਟੇਟਮੈਂਟ ਵਰਤਦੇ ਹਾਂ। ਸਵਿੱਚ ਕੇਸ ਦਾ ਮਤਲਬ ਵੀ ਇਹ ਹੁੰਦਾ ਜਦੋਂ ਤੁਹਾਡੇ ਤੋਂ ਕੋਲ ਕਾਫੀ ਆਪਸ਼ਨਾਂ ਨੇ ਅਤੇ ਤੁਸੀਂ ਉਹਨਾਂ ਆਪਸ਼ਨਾਂ ਦੇ ਹਿਸਾਬ ਨਾਲ ਪ੍ਰੋਗਰਾਮ ਨੂੰ ਰਨ ਕਰਨਾ, ਭਾਵ ਪਹਿਲਾਂ ਅਸੀਂ ਸਵਿੱਚ ਲਿਖਦੇ ਹਾਂ, ਬ੍ਰੈਕਟ 'ਚ ਨਾਮ ਪਾਤਾ, ਇਹ ਹੋ ਗਈ ਵੈਲਿਊ ਜਿਹਨੂੰ ਅਸੀਂ ਚੈੱਕ ਕਰਨਾ। ਕਿਹਦੇ ਨਾਲ ਚੈੱਕ ਕਰਨਾ? ਅਸੀਂ ਕਹਿਤਾ ਵੀ ਕੇਸ 1 ਜੇ ਨਮ ਦੀ ਵੈਲਿਊ ਜੋ ਅਸੀਂ ਬ੍ਰੈਕਟ 'ਚ ਪਾਇਆ ਉਹ 1 ਹੈ ਤਾਂ ਕੀ ਪ੍ਰਿੰਟ ਹੋਵੇ, ਪ੍ਰਿੰਟ ਐਫ ਦਾ ਨੰਬਰ ਇਜ਼ 1। ਪ੍ਰਿੰਟ ਐਫ ਨੂੰ ਲਿਖਣ ਦਾ ਤਰੀਕਾ ਉੱਦਾਂ ਹੀ ਆ, ਡਬਲ ਕੌਮਿਆਂ 'ਚ ਉਹ ਚੀਜ਼ ਪਾਉਣੀ ਹੈ ਜਿਹੜੀ ਅਸੀਂ ਸਕਰੀਨ 'ਤੇ ਦਿਖਾਉਣਾ ਚਾਹੁੰਦੇ ਹਾਂ, ਸਲੈਸ਼ ਐਨ ਪ੍ਰਿੰਟ ਨਹੀਂ ਹੋਊਗੀ, ਇਹਨੇ ਸਿਰਫ ਲਾਈਨ ਬਦਲ ਦੇਣੀ ਹੈ ਨਵੀਂ ਲਾਈਨ 'ਚ। ਉਦੋਂ ਬਾਅਦ ਅਸੀਂ ਸਟੇਟਮੈਂਟ ਲਿਖ ਲਈ ਬ੍ਰੇਕ ਸਟੇਟਮੈਂਟ, ਹੁਣ ਉਰੇ ਅਸੀਂ ਬ੍ਰੇਕ ਸਟੇਟਮੈਂਟ ਵੀ ਵਰਤ ਰਹੇ ਹਾਂ, ਭਾਵ ਮੰਨ ਲਓ ਯੂਜ਼ਰ ਨੇ ਨੰਬਰ ਕੀਬੋਰਡ ਰਾਹੀਂ ਐਂਟਰ ਕੀਤਾ ਸੀਗਾ 1, ਉਹ ਵੈਲਿਊ ਸਟੋਰ ਹੋ ਗਈ ਸਕੈਨ ਐਫ ਨਾਲ 1 'ਚ, ਨਮ 'ਚ 1 ਵੈਲਿਊ ਆ ਗਈ। ਤਾਂ ਜਦੋਂ 1 ਨੂੰ ਇਹਨਾਂ ਕੇਸਿਸ ਨਾਲ ਚੈੱਕ ਕੀਤਾ ਜਾਊਗਾ ਤਾਂ ਜਦੋਂ 1 1 ਨਾਲ ਮਿਲ ਜੂਗਾ ਤਾਂ ਆਹ ਚੀਜ਼ ਪ੍ਰਿੰਟ ਹੋ ਜੂਗੀ, ਪ੍ਰਿੰਟ ਐਫ ਦਾ ਨੰਬਰ ਇਜ਼ 1, ਅਤੇ ਇੱਥੇ ਬ੍ਰੇਕ ਹੋ ਜੂਗਾ, ਸਵਿੱਚ ਕੇਸ ਟੁੱਟ ਜੂਗੀ, ਹੁਣ ਕੁਛ ਨਹੀਂ ਐਗਜੀਕਿਊਟ ਹੁੰਦਾ, ਇਹ ਖਤਮ ਹੋ ਜੂਗੀ ਚੀਜ਼। ਬ੍ਰੇਕ ਦਾ ਮਤਲਬ ਇਹ ਹੈ ਵੀ ਤੋੜ ਦਿਉ। ਮੰਨ ਲਓ ਜੇ ਯੂਜ਼ਰ ਨੇ ਕੀਬੋਰਡ ਰਾਹੀਂ 2 ਪ੍ਰੈਸ ਕੀਤਾ ਹੁੰਦਾ ਅਤੇ ਨਮ ਵੇਰੀਏਬਲ 'ਚ ਵੈਲਿਊ 2 ਆ ਜਾਂਦੀ ਤਾਂ ਪਹਿਲਾਂ ਕੇਸ 1 ਚੈੱਕ ਹੋਣਾ ਸੀ, 1 ਨਾਲ 2 ਨੇ ਨਹੀਂ ਮਿਲਣਾ ਸੀ ਕਿਉਂਕਿ ਇਹ ਬਰਾਬਰ ਨਹੀਂ, ਤਾਂ ਫਿਰ ਅਗਲਾ ਕੇਸ ਚੈੱਕ ਕੀਤਾ ਜਾਂਦਾ, ਇੱਥੇ 2 ਨਾਲ 2 ਮਿਲ ਜਾਣਾ ਸੀ ਅਤੇ ਫਿਰ ਸਕਰੀਨ 'ਤੇ ਪ੍ਰਿੰਟ ਹੋਣਾ ਸੀ ਦਾ ਨੰਬਰ ਇਜ਼ 2। ਬ੍ਰੇਕ ਹੋ ਜਾਣਾ ਸੀ, ਸਵਿੱਚ ਕੇਸ ਸਟੇਟਮੈਂਟ ਟੁੱਟ ਜਾਣੀ ਸੀ, ਮਤਲਬ ਖਤਮ ਹੋ ਜਾਣੀ ਸੀ ਇਹਦੀ ਐਗਜੀਕਿਊਸ਼ਨ, ਇਹ ਤਾਂ ਚੱਲਣਾ ਖਤਮ ਹੋ ਜਾਣਾ ਸੀ। ਪਰ ਜੇ ਯੂਜ਼ਰ ਨੇ ਨੰਬਰ 3 ਐਂਟਰ ਕੀਤਾ ਹੁੰਦਾ ਅਤੇ ਸਾਡੇ ਨਾਮ ਵੇਰੀਏਬਲ ਵਿੱਚ ਨੰਬਰ 3 ਆ ਜਾਂਦਾ ਤਾਂ ਫਿਰ ਕੇਸ 3 ਨਾਲ ਮੈਚ ਕਰਨਾ ਸੀ ਅਤੇ ਪ੍ਰਿੰਟ ਹੋਣਾ ਸੀ ਦਾ ਨੰਬਰ ਇਜ਼ 3, ਫਿਰ ਬ੍ਰੇਕ। ਜੇਕਰ ਯੂਜ਼ਰ 1 2 3 ਦੀ ਬਜਾਏ ਕੋਈ ਹੋਰ ਅੰਕ, ਕੋਈ ਵੀ ਹੋਰ ਨੈਗੇਟਿਵ ਜਾਂ ਪੋਜ਼ਿਟਿਵ ਅੰਕ ਐਂਟਰ ਕਰਦਾ ਤਾਂ ਇਹਨਾਂ 3 ਕੇਸਿਸ ਜਿਹੜੇ ਅਸੀਂ ਬਣਾਏ ਨੇ ਇਹਨਾਂ ਨਾਲ ਮਿਲਣਾ ਨਹੀਂ ਸੀ ਅਤੇ ਫਿਰ ਸਾਡੀ ਡਿਫਾਲਟ ਸਟੇਟਮੈਂਟ ਜੋ ਕਿ ਸਵਿੱਚ ਦੀ ਹੁੰਦੀ ਹੈ ਉਹ ਪ੍ਰਿੰਟ ਹੋਣੀ ਸੀ, ਦਾ ਨੰਬਰ ਇਜ਼ ਨੀਦਰ 1 2 ਨੋਰ ਨੰਬਰ ਇਜ਼ 3, ਮਤਲਬ ਨੰਬਰ 1 ਜਾਂ 2 ਜਾਂ 3 ਵਿੱਚੋਂ ਕੋਈ ਨਹੀਂ ਹੈ। ਸੋ ਡਿਫਾਲਟ ਸਟੇਟਮੈਂਟ ਸਵਿੱਚ ਕੇਸ ਸਟੇਟਮੈਂਟ ਵਿੱਚ ਉਦੋਂ ਐਗਜੀਕਿਊਟ ਹੁੰਦੀ ਹੈ ਜਦੋਂ ਜਿੰਨੇ ਕੇਸ ਅਸੀਂ ਡਿਫਾਈਨ ਕੀਤੇ ਹੈ ਉਹ ਕੇਸ ਨੇ ਜਿਹੜੇ ਉਹ ਮਿਲਣ ਨਾ, ਚੱਲਣ ਨਾ, ਮੈਚ ਨਾ ਕਰਨ। ਸੋ ਇਹ ਸੀ ਸਵਿੱਚ ਕੇਸ ਸਟੇਟਮੈਂਟ।
ਤੁਸੀਂ ਇਸ ਨੂੰ ਸਿੰਪਲ ਇਸ ਤੋਂ ਬਾਅਦ ਵੀ ਲਿਖ ਸਕਦੇ ਹੋ, ਪ੍ਰਿੰਟ ਐਫ ਐਂਟਰ ਨੰਬਰ ਸਕੈਨ ਐਫ ਨਾਲ ਨੰਬਰ ਨੂੰ ਸਕੈਨ ਕਰਾਓ, ਫਿਰ ਸਿੱਧਾ ਇੱਥੋਂ ਸਟਾਰਟ ਕਰ ਲਓ। ਇੰਨਾ ਐਂਡ 'ਚ ਰਿਟਰਨ ਜ਼ੀਰੋ ਤਾਂ ਲਿਖਣੀ ਉਹ ਲਿਖਣੀ ਹੈ, ਰਿਟਰਨ ਜ਼ੀਰੋ 'ਤੇ ਕਰ ਲਈ ਬ੍ਰੈਕਟ, ਪੂਰਾ ਪ੍ਰੋਗਰਾਮ ਲਿਖਣ ਦੀ ਤੁਹਾਨੂੰ ਫਿਰ ਜ਼ਰੂਰਤ ਨਹੀਂ ਹੈ। ਹੁਣ ਅਸੀਂ ਕਰਦੇ ਹਾਂ ਡੂ ਵਾਈ ਲੂਪ। ਲੂਪ ਕੀ ਹੁੰਦੇ ਨੇ? ਲੂਪ ਹੁੰਦੇ ਨੇ ਵੀ ਕੁਝ ਹਦਾਇਤਾਂ ਨੂੰ ਰਿਪੀਟ ਕਰਨਾ, ਕੋਈ ਕੰਮ ਵਾਰ ਵਾਰ ਦੁਹਰਾਉਣਾ ਪਰ ਕਿਸੇ ਸ਼ਰਤ ਦੇ ਆਧਾਰ 'ਤੇ। ਡੂ ਵਾਈਲ ਲੂਪ ਅਤੇ ਵਾਈਲ ਲੂਪ ਸੇਮ ਹੁੰਦੇ ਨੇ। ਵਾਈਲ ਲੂਪ ਵਿੱਚ ਕੰਡੀਸ਼ਨ ਸ਼ੁਰੂਆਤ 'ਚ ਚੈੱਕ ਹੁੰਦੀ ਹੈ, ਡੂ ਵਾਈਲ 'ਚ ਇੱਕ ਵਾਰੀ ਹਦਾਇਤਾਂ ਚੱਲਣਗੀਆਂ ਹੀ ਚੱਲਣਗੀਆਂ, ਕੰਡੀਸ਼ਨ ਐਂਡ 'ਤੇ ਚੈੱਕ ਹੋਊਗੀ। ਡੂ ਵਾਈਲ ਲੂਪ ਨੂੰ ਪੋਸਟ ਟੈਸਟ ਲੂਪ ਕਿਹਾ ਜਾਂਦਾ ਹੈ, ਵਾਈਲ ਲੂਪ ਨੂੰ ਪ੍ਰੀ ਟੈਸਟ ਲੂਪ ਕਿਹਾ ਜਾਂਦਾ ਹੈ। ਪੋਸਟ ਟੈਸਟ ਦਾ ਮਤਲਬ ਹੈ ਵੀ ਟੈਸਟਿੰਗ ਹੈ ਜਿਹੜੀ ਕੰਡੀਸ਼ਨ ਦੀ ਉਹ ਐਂਡ 'ਚ ਹੁੰਦੀ ਹੈ, ਪੋਸਟ ਟੈਸਟ। ਡੂ ਵਾਈਲ ਪੋਸਟ ਟੈਸਟ ਹੈ। ਅਤੇ ਵਾਈਲ ਲੂਪ ਵਿੱਚ ਕੰਡੀਸ਼ਨ ਸ਼ੁਰੂਆਤ 'ਚ ਚੈੱਕ ਹੁੰਦੀ ਹੈ ਤਾਂ ਇਹਨੂੰ ਕਿਹਾ ਜਾਂਦਾ ਪ੍ਰੀ ਟੈਸਟ। ਸੋ ਬੱਚਿਓ, ਲੂਪ ਨੂੰ ਲਿਖਣ ਦਾ ਕੀ ਤਰੀਕਾ? ਪਹਿਲਾਂ ਅਸੀਂ ਇੱਕ ਵੇਰੀਏਬਲ ਲਵਾਂਗੇ ਆਈ, ਉਹਦੇ ਵਿੱਚ ਇੱਕ ਵੈਲਿਊ ਪਾ ਦਿੱਤੀ ਅਸੀਂ ਨਾਲ ਦੀ ਨਾਲ ਹੀ। ਇਹਨੂੰ ਕਹਿੰਦੇ ਨੇ ਡਿਕਲੇਰੇਸ਼ਨ ਐਂਡ ਇਨੀਸ਼ੀਅਲਾਈਜੇਸ਼ਨ। ਇੰਟੀਜਰ ਨਾਮ ਦਾ ਇੱਕ ਆਈ ਵੇਰੀਏਬਲ ਡਿਕਲੇਅਰ ਕੀਤਾ, ਆਈ ਵਿੱਚ ਅਸੀਂ ਕੋਈ ਵੈਲਿਊ ਸਟੋਰ ਕਰ ਸਕਦੇ ਹਾਂ। ਵੇਰੀਏਬਲ ਦਾ ਮਤਲਬ ਹੁੰਦਾ ਉਹਦੇ 'ਚ ਕੋਈ ਵੈਲਿਊ ਸਟੋਰ ਕੀਤੀ ਜਾ ਸਕਦੀ ਹੈ। ਅਸੀਂ ਨਾਲ ਦੀ ਨਾਲ ਇਕੁਅਲ ਟੂ ਪਾ ਕੇ ਇੱਕ ਵੈਲਿਊ ਸਟੋਰ ਕਰਤੀ ਹੈ। ਇਕੁਅਲ ਟੂ ਦਾ ਸਾਈਨ ਇੱਥੇ ਅਸਾਈਨਮੈਂਟ ਹੈ, ਵੀ ਅਸੀਂ ਇੱਕ ਵੈਲਿਊ ਨੂੰ ਆਈ ਨੂੰ ਅਸਾਈਨ ਕਰਤਾ। ਸੈਮੀ ਕੋਲਨ, ਸੈਮੀ ਕੋਲਨ ਪਾਉਣ ਤੋਂ ਬਾਅਦ ਦਾ ਮਤਲਬ ਵੀ ਸੀ ਲੈਂਗੁਏਜ ਦੀ ਇੱਕ ਸਟੇਟਮੈਂਟ ਫਿਨਿਸ਼ ਹੋ ਗਈ। ਹੁਣ ਅਸੀਂ ਲਿਖਦੇ ਹਾਂ ਡੂ, ਫਿਰ ਕਰਲੀ ਬ੍ਰੈਕਟ। ਜੇ ਤੁਸੀਂ ਬ੍ਰੈਕਟਸ ਸਮਝ ਨਹੀਂ ਲੱਗਦੀ ਤਾਂ ਤੁਸੀਂ ਇੱਦਾਂ ਅਗਲੀ ਲਾਈਨ 'ਚ ਵੀ ਲਿਖ ਸਕਦੇ ਹੋ। ਡੂ, ਡੂ ਦਾ ਮਤਲਬ ਹੈ ਕਰੋ, ਮਤਲਬ ਚਲਾਓ, ਮਤਲਬ ਐਗਜ਼ੀਕਿਊਟ ਕਰੋ। ਕੀ ਚਲਾਓ? ਪ੍ਰਿੰਟ ਐਫ। ਦੇਖੋ ਪ੍ਰਿੰਟ ਐਫ ਫੰਕਸ਼ਨ ਕਿੰਨੀ ਵਾਰੀ ਯੂਜ਼ ਹੋ ਰਿਹਾ, ਉੱਦਾਂ ਹੀ ਪਰਸੈਂਟੇਜ ਡੀ ਆਈ। ਸੋ ਪਰਸੈਂਟੇਜ ਡੀ ਦਾ ਮਤਲਬ ਹੈ ਵੀ ਜੋ ਵੈਲਿਊ ਆਈ 'ਚ ਹੈਗੀ ਆ ਉਹ ਪ੍ਰਿੰਟ ਹੋ ਜੂਗੀ ਆਈ 'ਚ। ਇਹਦਾ ਮਤਲਬ ਹੈ ਆਈ 'ਚ ਜੋ ਵੈਲਿਊ ਹੈ ਉਹ ਇੱਥੇ ਪ੍ਰਿੰਟ ਕਰ ਦਿਉ, ਮਤਲਬ ਸਕਰੀਨ 'ਤੇ ਪ੍ਰਿੰਟ ਕਰ ਦਿਉ। ਫਿਲਹਾਲ ਵੈਲਿਊ ਇੱਕ ਹੈ ਤਾਂ ਇੱਥੇ ਇੱਕ ਪ੍ਰਿੰਟ ਹੋ ਜਾਏਗਾ। ਫਿਰ ਆਈ ਪਲੱਸ ਪਲੱਸ, ਆਈ ਪਲੱਸ ਪਲੱਸ ਦਾ ਮਤਲਬ ਵੀ ਹੁਣ ਆਈ 'ਚ ਇੱਕ ਦਾ ਵਾਧਾ ਕਰ ਦਿਉ। ਇਹਦਾ ਮਤਲਬ ਹੈ ਆਈ ਇਕੁਅਲ ਟੂ ਆਈ ਪਲੱਸ ਵਨ, ਵਨ ਐਂਡ ਦਾ ਸੇਮ ਥਿੰਗ, ਠੀਕ ਹੈ ਜੀ। ਆਈ ਪਲੱਸ ਪਲੱਸ ਦਾ ਮਤਲਬ ਹੈ ਆਈ 'ਚ ਇੱਕ ਵਧਾ ਕੇ ਉਹਦੀ ਕੀਮਤ ਨੂੰ ਆਈ 'ਚ ਹੀ ਸਟੋਰ ਕਰ ਦਿਉ। ਸੋ ਹੁਣ ਚੈੱਕ ਹੋਊਗੀ ਕੰਡੀਸ਼ਨ ਐਂਡ 'ਤੇ। ਦੇਖੋ ਐਂਡ 'ਤੇ ਚੈੱਕ ਹੋ ਰਹੀ ਹੈ, ਐਂਡ 'ਤੇ ਕੀ ਆਈ 5 ਤੋਂ ਛੋਟਾ ਹੈ ਜਾਂ ਬਰਾਬਰ ਹੈ। ਜੇਕਰ ਤਾਂ ਇਹ ਕੰਡੀਸ਼ਨ ਸਹੀ ਹੈ ਫਿਰ ਤਾਂ ਲੂਪ ਦੁਬਾਰਾ ਚੱਲੇਗਾ, ਠੀਕ ਹੈ ਜੀ। ਇੱਥੋਂ ਕਹਾਣੀ ਦੁਬਾਰਾ ਸ਼ੁਰੂ 'ਤੇ ਆ ਜਾਏਗੀ ਇੱਥੇ। ਜੇਕਰ ਇਹ ਕੰਡੀਸ਼ਨ ਝੂਠੀ ਹੋਗੀ ਫਿਰ ਆਪਾਂ ਅਗਲੀ ਲਾਈਨ 'ਤੇ ਜਾਵਾਂਗੇ। ਪ੍ਰਿੰਟ ਐਫ ਨਵੀਂ ਲਾਈਨ, ਸਲੈਸ਼ ਐਨ ਦਾ ਮਤਲਬ ਹੈ ਵੀ ਬਸ ਨਵੀਂ ਲਾਈਨ ਬਣ ਜਾਵੇ, ਲਿਖਿਆ ਕੁਛ ਨਾ ਹੋਵੇ। ਸੋ ਦੇਖੋ ਫਿਲਹਾਲ ਆਈ ਦੀ ਕੀਮਤ ਉਰੇ ਇੱਕ ਪ੍ਰਿੰਟ ਹੋਈ, ਇੱਥੇ ਇੱਕ ਵੱਧ ਗਈ, ਤਾਂ ਆਈ ਦੀ ਕੀਮਤ ਹੁਣ ਕਿੰਨੀ ਹੈ? 2। ਕੀ 2 5 ਤੋਂ ਛੋਟਾ ਹੈ ਜਾਂ ਬਰਾਬਰ ਹੈ? ਹਾਂਜੀ, 2 5 ਤੋਂ ਛੋਟਾ ਹੈ, ਤਾਂ ਫਿਰ ਪ੍ਰਿੰਟ ਐਫ ਚੱਲੂਗੀ ਕਿਉਂਕਿ ਦੁਹਰਾ ਰਹੇ ਹਾਂ ਅਸੀਂ, ਰੈਪੀਟੇਸ਼ਨ ਹੈ ਲੂਪ ਦਾ ਮਤਲਬ। ਤਾਂ 2 ਪ੍ਰਿੰਟ ਹੋ ਜਾਏਗੀ, ਅਸੀਂ ਇੱਕ ਜਾਣ ਕੇ ਸਪੇਸ ਛੱਡੀ ਹੋਈ ਹੈ, ਇੱਕ ਸਪੇਸ ਵੀ ਪੈ ਜਾਏਗੀ, ਅਤੇ ਫਿਰ ਆਈ 'ਚ ਇੱਕ ਦਾ ਵਾਧਾ ਹੋ ਜਾਏਗਾ। ਹੁਣ ਆਈ ਦੀ ਕੀਮਤ ਹੋ ਗਈ 3, ਫਿਰ ਕੰਡੀਸ਼ਨ ਚੈੱਕ ਹੋਊਗੀ ਕੀ 3 5 ਤੋਂ ਛੋਟਾ ਹੈ। ਹਾਂਜੀ ਛੋਟਾ ਹੈ, ਫਿਰ ਪ੍ਰਿੰਟ ਐਫ ਸਟੇਟਮੈਂਟ ਚੱਲੂਗੀ। ਇੱਥੇ 3 ਪ੍ਰਿੰਟ ਹੋਊਗਾ, ਸਪੇਸ, ਫਿਰ ਆਈ ਦੀ ਕੀਮਤ 'ਚ ਇੱਕ ਦਾ ਵਾਧਾ ਹੋ ਜੂਗਾ। ਆਈ ਦੀ ਕੀਮਤ ਹੁਣ ਹੋਊਗੀ 4, ਕੀ 4 5 ਤੋਂ ਛੋਟਾ ਹੈ? ਹਾਂਜੀ, ਫਿਰ ਪ੍ਰਿੰਟ ਐਫ ਸਟੇਟਮੈਂਟ ਚੱਲੂਗੀ। ਇੱਥੇ 4 ਪ੍ਰਿੰਟ ਹੋ ਜੂਗਾ, ਇੱਕ ਸਪੇਸ ਆ ਜੂਗੀ, ਅਤੇ ਫਿਰ ਆਈ 'ਚ ਇੱਕ ਵਾਧਾ ਹੋ ਜੂਗਾ। ਕੀ ਆਈ ਦੀ ਕੀਮਤ
ਪੰਜ ਹੈ। ਹਾਂਜੀ ਆਈ ਦੀ ਕੀਮਤ ਪੰਜ ਹੈ, ਪੰਜ ਦੇ ਬਰਾਬਰ ਹੋ ਗਈ, ਹੁਣ ਛੋਟੀ ਨਹੀਂ ਰਹੀ, ਬਰਾਬਰ ਹੋ ਗਈ। ਪਰ ਕੰਡੀਸ਼ਨ ਸੱਚੀ ਹੈ ਕਿਉਂਕਿ ਅਸੀਂ ਕਿਹਾ ਜਾਂ ਤਾਂ ਛੋਟੀ ਹੋਵੇ ਜਾਂ ਬਰਾਬਰ ਹੋਵੇ, ਤਾਂ ਵੀ ਇੱਕ ਵਾਰੀ ਇਹ ਪ੍ਰਿੰਟ ਹੋ ਗਿਆ, ਉਰੇ ਪੰਜ ਹੋ ਜਾਏਗਾ ਪ੍ਰਿੰਟ, ਨਾਲ ਇੱਕ ਸਪੇਸ ਪ੍ਰਿੰਟ ਹੋ ਜਾਏਗੀ ਸਕਰੀਨ 'ਤੇ, ਅਤੇ ਫਿਰ ਆਈ ਦੀ ਕੀਮਤ 'ਚ ਇੱਕ ਦਾ ਵਾਧਾ ਹੋ ਜਾਏਗਾ। ਹੁਣ ਆਈ ਦੀ ਕੀਮਤ ਸਟੂਡੈਂਟਸ 6 ਹੋ ਗਈ ਹੈ। ਸੋ ਜਦ ਹੁਣ ਆਹ ਕੰਡੀਸ਼ਨ ਚੈੱਕ ਹੋ ਗਈ, ਹੁਣ ਇਹ ਝੂਠੀ ਹੋ ਜੂਗੀ ਕੰਡੀਸ਼ਨ। ਆਈ ਦੀ ਕੀਮਤ 6 ਹੈ, ਕੀ 6 ਪੰਜ ਦੇ ਬਰਾਬਰ ਹੈ ਜਾਂ ਪੰਜ ਤੋਂ ਛੋਟਾ ਹੈ? ਇਹ ਦੋਨੇ ਗੱਲਾਂ ਗਲਤ ਹੋ ਗਈਆਂ ਕਿਉਂਕਿ 6 ਪੰਜ ਤੋਂ ਵੱਡਾ ਹੈ। ਜੇ ਕੰਡੀਸ਼ਨ ਫਾਲਸ ਹੋ ਜਾਵੇ ਤਾਂ ਲੂਪ ਬ੍ਰੇਕ ਹੋ ਜਾਂਦਾ ਹੈ, ਲੂਪ ਰੁਕ ਜਾਂਦਾ ਹੈ। ਸੋ ਅਸੀਂ ਲੂਪ ਤੋਂ ਬਾਹਰ ਆ ਜਾਵਾਂਗੇ, ਐਗਜ਼ਿਟ ਕਰ ਜਾਵਾਂਗੇ। ਅਗਲੀ ਸਟੇਟਮੈਂਟ ਪ੍ਰਿੰਟ ਹੋਊਗੀ ਪ੍ਰਿੰਟ ਐਫ, ਅਤੇ ਇਹ ਸਟੇਟਮੈਂਟ ਕੀ ਕਹਿੰਦੀ ਹੈ? ਵੀ ਇੱਕ ਨਵੀਂ ਲਾਈਨ ਬਣਾ ਦਿੱਤੀ ਜਾਵੇ, ਨਿਊ ਲਾਈਨ ਕਰੈਕਟਰ ਬੋਲਦੇ ਹਾਂ ਸਲੈਸ਼ ਐਨ ਨੂੰ, ਨਿਊ ਲਾਈਨ ਕਰੈਕਟਰ। ਹੁਣ ਅਸੀਂ ਫਾਰ ਲੂਪ ਦੇਖਦੇ ਹਾਂ। ਫਾਰ ਲੂਪ 'ਚ ਕੀ ਹੁੰਦਾ? ਡਿਕਲੇਰੇਸ਼ਨ ਵੀ ਇੱਕੋ ਹੀ ਸਟੇਟਮੈਂਟ 'ਚ ਹੋ ਜਾਂਦੀ ਹੈ। ਇੰਟ ਜੇ ਵਨ ਉੱਪਰ ਦੇਖੋ ਅਸੀਂ ਅਲੱਗ ਕਰੀ ਸੀਗੀ, ਇੰਟ ਆਈ ਇਕੁਅਲ ਟੂ ਵਨ ਅਲੱਗ ਲਿਖਿਆ ਸੀ, ਇੱਥੇ ਡਿਕਲੇਰੇਸ਼ਨ ਵੀ ਇੱਕੋ ਲਾਈਨ 'ਚ ਲਿਖਤੀ, ਕੰਡੀਸ਼ਨ ਵੀ ਉਸੇ ਲਾਈਨ 'ਚ ਲਿਖਤੀ ਸੈਮੀ ਕੋਲਨ ਪਾਉਣ ਤੋਂ ਬਾਅਦ, ਅਤੇ ਅਸੀਂ ਇੰਕਰੀਮੈਂਟ ਵੀ ਇੱਕੋ ਲਾਈਨ 'ਚ ਲਿਖਤਾ ਜਿਹੜਾ ਅਸੀਂ ਇੱਥੇ ਕਰ ਰਹੇ ਸੀ। ਇੰਕਰੀਮੈਂਟ ਦਾ ਮਤਲਬ ਹੈ ਵਾਧਾ ਕਰਨਾ ਕੀਮਤ 'ਚ। ਸੋ ਪ੍ਰਿੰਟ ਐਫ ਪਰਸੈਂਟੇਜ ਡੀ ਜੇ, ਇਹ ਲੂਪ ਵੀ ਇੱਦਾਂ ਹੀ ਕੰਮ ਕਰੇਗਾ, ਇੱਕ ਤੋਂ ਸਟਾਰਟ ਹੋਵੇਗਾ, ਠੀਕ ਹੈ ਜੀ। ਪਰਸੈਂਟੇਜ ਡੀ ਇੱਕ ਪ੍ਰਿੰਟ ਕਰੇਗਾ, ਕੰਡੀਸ਼ਨ ਚੈੱਕ ਹੋ, ਇੱਕ ਦੀ ਕੀਮਤ 'ਚ ਵਾਧਾ ਹੋਏਗਾ, ਫਿਰ ਕੰਡੀਸ਼ਨ ਚੈੱਕ ਹੋਏਗੀ, ਪਹਿਲਾਂ ਆਹ ਚੀਜ਼ ਚੱਲੂਗੀ, ਫਿਰ ਆਹ ਚੀਜ਼ ਚੱਲੂਗੀ, ਫਿਰ ਆਹ ਚੀਜ਼ ਚੈੱਕ ਹੋਊਗੀ, ਫਿਰ ਆਹ ਚੀਜ਼ ਚੱਲੂਗੀ, ਫਿਰ ਆਹ ਚੀਜ਼ ਚੱਲੂਗੀ, ਫਿਰ ਆਹ ਚੀਜ਼ ਚੈੱਕ ਹੋਊਗੀ। ਇੱਦਾਂ ਇਹ ਲੂਪ ਚੱਲੀ ਜਾਊਗਾ, ਅਤੇ 1 2 3 4 5 ਇਹ ਪ੍ਰਿੰਟ ਕਰ ਦੂਗਾ। ਜਦੋਂ ਇਹ ਲੂਪ ਬ੍ਰੇਕ ਹੋ ਜੂਗਾ ਤਾਂ ਫਿਰ ਨਵੀਂ ਲਾਈਨ ਪ੍ਰਿੰਟ ਹੋਊਗੀ, ਖਾਲੀ ਸਲੈਸ਼ ਐਨ ਖਾਲੀ ਲਾਈਨ ਬਣਾਊਗਾ, ਠੀਕ ਹੈ ਜੀ। ਹੁਣ ਆਪਾਂ ਆ ਗਏ ਵਾਈਲ ਲੂਪ 'ਤੇ। ਵਾਈਲ ਲੂਪ 'ਚ ਦੇਖੋ ਅਸੀਂ ਇੰਕਰੀਮੈਂਟ, ਸੋਰੀ ਵੈਲਿਊ ਜਿਹੜੀ ਵੇਰੀਏਬਲ ਹੈ ਉਹਨੂੰ ਪਹਿਲਾਂ ਡਿਕਲੇਅਰ ਕੀਤਾ ਅਤੇ ਨਾਲ ਹੀ ਵੈਲਿਊ ਦਿੱਤੀ। ਇੰਟ ਦਾ ਮਤਲਬ ਇੰਟੀਜਰ ਨਾਮ ਦਾ ਇੱਕ ਵੇਰੀਏਬਲ ਕੇ ਡਿਕਲੇਅਰ ਕੀਤਾ ਜਿਹਦੇ 'ਚ ਕੀਮਤ ਪਾਤੀ ਇੱਕ, ਅਸਾਈਨਮੈਂਟ ਓਪਰੇਟਰ ਨਾਲ ਇੱਕ ਇਕੁਅਲ ਟੂ ਦਾ ਸਾਈਨ ਅਸਾਈਨਮੈਂਟ ਓਪਰੇਟਰ ਹੈ। ਫਿਰ ਅਸੀਂ ਕੰਡੀਸ਼ਨ ਹੁਣ ਸ਼ੁਰੂਆਤ 'ਚ ਚੈੱਕ ਕਰਦੇ ਹਾਂ ਕਿ ਕੇ ਦੀ ਕੀਮਤ 5 ਤੋਂ ਘੱਟ ਹੈ ਜਾਂ ਬਰਾਬਰ ਹੈ। ਹਾਂਜੀ ਕਿਉਂਕਿ ਕੇ 'ਚ 1 ਹੈ ਤਾਂ ਅਸੀਂ ਪ੍ਰਿੰਟ ਇਫ ਕਰ ਦਾਂਗੇ 1, ਅਤੇ ਕੇ 'ਚ 1 ਦਾ ਵਾਧਾ ਕਰ ਦਾਂਗੇ। ਹੁਣ ਕੇ ਦੀ ਕੀਮਤ ਹੋਊਗੀ 2। ਉਰੇ ਆ ਕੇ ਕੰਡੀਸ਼ਨ ਚੈੱਕ ਹੋਊਗੀ ਕਿ 2 5 ਤੋਂ ਛੋਟਾ ਹੈ। ਹਾਂਜੀ ਛੋਟਾ ਹੈ, ਪ੍ਰਿੰਟ ਐਫ ਹੋ ਜੂਗਾ। ਫਿਰ ਕੇ ਦੀ ਕੀਮਤ 1 ਦਾ ਵਾਧਾ ਹੋ ਗਿਆ 3। ਫਿਰ ਕੰਡੀਸ਼ਨ ਚੈੱਕ ਹੋਈ ਕੀ 3 5 ਤੋਂ ਛੋਟਾ ਹੈ। ਹਾਂਜੀ ਕੰਡੀਸ਼ਨ ਟਰੂ ਹੈ, ਸਹੀ ਹੈ, ਫਿਰ ਪ੍ਰਿੰਟ ਐਫ ਦੀ ਸਟੇਟਮੈਂਟ ਚੱਲੂਗੀ। ਫਿਰ ਕੇ 'ਚ 1 ਦਾ ਵਾਧਾ ਹੋਊਗਾ, ਹੁਣ 4 ਹੋਊਗੀ ਕੇ ਦੀ ਕੀਮਤ। ਫਿਰ ਚੈੱਕ ਹੋਊਗੀ ਕੀ 4 5 ਤੋਂ ਛੋਟਾ ਹੈ ਜਾਂ ਬਰਾਬਰ ਹੈ। ਹਾਂਜੀ ਛੋਟਾ ਹੈ, ਫਿਰ ਪ੍ਰਿੰਟ ਐਫ ਚੱਲੂਗਾ। ਹੁਣ ਕੀਮਤ ਹੋਊਗੀ ਕੇ ਦੀ 5, ਤਾਂ ਕੰਡੀਸ਼ਨ ਚੈੱਕ ਹੋਈ ਕੀ ਕੇ ਦੀ ਕੀਮਤ 5 ਹੈ ਜਾਂ 5 ਤੋਂ ਛੋਟੀ ਹੈ, ਤਾਂ ਇੱਥੇ ਗੱਲ ਬਣ ਗਈ ਹੁਣ 5 ਦੇ ਬਰਾਬਰ ਹੈ, 5 ਹੈ ਤਾਂ ਵੀ ਪ੍ਰਿੰਟ ਹੋਊਗਾ ਇਹ। ਸੋ ਹੁਣ ਕੀਮਤ 5 'ਚ 1 ਦਾ ਵਾਧਾ ਹੋ ਗਿਆ, ਹੁਣ ਹੋ ਗਈ ਇਹ 6। ਹੁਣ ਕੰਡੀਸ਼ਨ ਚੈੱਕ ਹੋਊਗੀ ਕੀ ਕੇ ਦੀ ਕੀਮਤ 5 ਤੋਂ ਛੋਟੀ ਹੈ ਜਾਂ ਬਰਾਬਰ ਹੈ 5 ਦੇ, ਪਰ ਕੇ ਦੀ ਕੀਮਤ ਤਾਂ ਹੁਣ 6 ਹੈ, 6 ਹੈ ਤਾਂ ਇਹ ਜਿਹੜੀ ਸਟੇਟਮੈਂਟ ਹੈ ਇਹ ਫਾਲਸ ਹੋ ਗਈ, ਤਾਂ ਇਹ ਲੂਪ ਨਹੀਂ ਚੱਲੂਗਾ, ਬ੍ਰੇਕ ਹੋ ਜੂਗਾ, ਅਸੀਂ ਨਵੀਂ ਲਾਈਨ 'ਤੇ ਆ ਜਾਵਾਂਗੇ ਜਿਹੜੀ ਅਸੀਂ ਅਲੱਗ ਸਟੇਟਮੈਂਟ ਲਿਖਿਆ। ਉਰੇ ਕਰਲੀ ਬ੍ਰੈਕਟ 'ਚ ਲੂਪ ਬੰਦ ਹੋ ਗਿਆ। ਹੁਣ ਮੰਨ ਲਓ ਵੀ ਜੇ ਮੈਂ ਉਰੇ ਪਹਿਲਾਂ ਹੀ 6 ਕਰ ਦੇਵਾਂ ਤਾਂ ਕੀ ਪ੍ਰਿੰਟ ਐਫ ਫੰਕਸ਼ਨ ਚੱਲੂਗਾ? ਬਿਲਕੁਲ ਨਹੀਂ ਚੱਲੂਗਾ, ਕਿਉਂਕਿ ਕੰਡੀਸ਼ਨ ਸ਼ੁਰੂਆਤ 'ਚ ਚੈੱਕ ਹੋਊਗੀ, ਸ਼ੁਰੂਆਤ 'ਚ ਹੀ ਚੈੱਕ ਹੋਊਗੀ। ਉਰੇ ਕੇ ਦੀ ਕੀਮਤ 6 ਹੈ, ਕੀ 6 5 ਤੋਂ ਛੋਟਾ ਹੈ ਜਾਂ ਬਰਾਬਰ ਹੈ? ਨਹੀਂ ਜੀ,
6 5 ਤੋਂ ਵੱਡਾ ਹੈ, ਵੱਡਾ ਹੈ ਮਤਲਬ ਇਹ ਕੰਡੀਸ਼ਨ ਝੂਠੀ ਹੈ, ਮਤਲਬ ਸਿੱਧਾ ਬਾਹਰ ਆ ਜਾਵਾਂਗੇ ਆਪਾਂ, ਇਹ ਲੂਪ ਚੱਲਦਾ ਹੀ ਨਹੀਂ। ਡੂ ਵਾਇਲ 'ਚ ਕੀ ਹੋਣਾ ਸੀਗਾ, ਡੂ ਵਾਇਲ ਲੂਪ ਹੈ ਦੇਖੋ ਧਿਆਨ ਨਾਲ, ਜੇ ਮੈਂ ਉਰੇ 6 1 ਪਾ ਦੇਵਾਂ ਤਾਂ ਕੰਡੀਸ਼ਨ ਐਂਡ 'ਚ ਚੈੱਕ ਹੋਊਗੀ, ਇੱਕ ਵਾਰੀ ਪ੍ਰਿੰਟ ਐਫ ਫੰਕਸ਼ਨ ਚੱਲੂਗਾ ਹੀ ਚੱਲੂਗਾ, ਕੰਡੀਸ਼ਨ ਐਂਡ 'ਤੇ ਚੈੱਕ ਹੋਊਗੀ, ਉਰੇ ਆ ਕੇ ਲੂਪ ਫਾਲਸ ਹੋਊਗਾ। ਇਹਦੇ ਵਿੱਚ ਇਹ ਵੀ ਬੋਡੀ ਇੱਕ ਵਾਰੀ ਐਗਜੀਕਿਊਟ ਹੁੰਦੀ ਓ ਹੁੰਦੀ ਹੈ, ਡੂ ਵਾਈਲ ਦਾ ਕੋਡ ਇੱਕ ਵਾਰੀ ਚੱਲੂਗਾ ਹੀ ਚੱਲੂਗਾ, ਰਨ ਹੋਊਗਾ ਹੀ ਹੋਊਗਾ, ਕੰਡੀਸ਼ਨ ਐਂਡ 'ਤੇ ਚੈੱਕ ਹੋਊਗੀ। ਸੋ ਅਸੀਂ ਇਸ ਗੱਲ ਦਾ ਧਿਆਨ ਰੱਖਣਾ। ਮੈਂ ਮੁੜ ਕੇ ਕੀਮਤਾਂ ਸੇਮ ਕਰ ਦਿੰਦਾ। ਹੁਣ ਸਾਡੇ ਕੋਲ ਆ ਗਿਆ ਵੀ ਬ੍ਰੇਕ ਸਟੇਟਮੈਂਟ ਕੀ ਹੁੰਦੀ ਹੈ, ਐਗਜ਼ਿਟ ਦਾ ਲੂਪ। ਹੁਣ ਅਸੀਂ ਇੱਕ ਫਾਰ ਲੂਪ ਦੀ ਐਗਜ਼ਾਮਪਲ ਲਈ ਹੈ। ਐਲ ਲਿਆ ਸੀ, ਇੱਕ ਵੇਰੀਏਬਲ ਡਿਕਲੇਅਰ ਕਰਤਾ, ਉਹਦੇ 'ਚ ਕੀਮਤ ਪਾਤੀ 1, ਐਲ ਛੋਟਾ ਹੈ ਜਾਂ ਬਰਾਬਰ ਹੈ 5 ਦੇ, ਐਲ 'ਚ 1 ਦਾ ਵਾਧਾ ਕਰਤਾ ਤੀਜੀ ਸਟੇਟਮੈਂਟ ਨਾਲ। ਹੁਣ ਅਸੀਂ ਪ੍ਰਿੰਟ ਕਰਦੇ ਹਾਂ ਐਲ ਦੀ ਕੀਮਤ ਨੂੰ 1। ਉਦੋਂ ਬਾਅਦ ਅਸੀਂ ਇਫ ਸਟੇਟਮੈਂਟ ਯੂਜ਼ ਕੀਤੀ ਹੈ ਵੀ ਜੇਕਰ ਐਲ ਦੀ ਕੀਮਤ 3 ਦੇ ਬਰਾਬਰ ਹੋਵੇ, ਬਰਾਬਰ ਹੈ, ਬਰਾਬਰ ਜਦੋਂ 2 ਬਰਾਬਰ ਹੈ ਦੇ ਸਾਈਨ ਪੈਂਦੇ ਨੇ, ਇਹਦਾ ਮਤਲਬ ਇਕੁਅਲ ਟੂ ਹੈ, ਮਤਲਬ ਬਰਾਬਰਤਾ ਚੈੱਕ ਕੀਤੀ ਜਾਊਗੀ। ਹੁਣ ਹਲੇ ਐਲ ਦੀ ਕੀਮਤ ਕਿੰਨੀ ਹੈ ਬਈ, 1, ਤਾਂ ਇਹ ਸਟੇਟਮੈਂਟ ਹੋ ਗਈ ਝੂਠੀ, 3 ਦੇ ਬਰਾਬਰ ਨਹੀਂ ਹੈ ਤਾਂ ਇਹ ਸਟੇਟਮੈਂਟ ਨਹੀਂ ਚੱਲਣੀ, ਆਹ ਬ੍ਰੇਕ ਜੋ ਲਿਖਿਆ ਹੋਇਆ ਇਹ ਨਹੀਂ ਚੱਲਣਾ, ਤਾਂ ਲੂਪ ਦੁਬਾਰਾ ਰਿਪੀਟ ਹੋਊਗਾ, ਇੱਥੇ ਐਲ 'ਚ 1 ਦਾ ਵਾਧਾ ਹੋ ਜੂਗਾ। ਹੁਣ ਐਲ ਦੀ ਕੀਮਤ ਕਿੰਨੀ ਹੋ ਗਈ, 2, ਕੀ 2 5 ਤੋਂ ਛੋਟਾ ਜਾਂ ਬਰਾਬਰ ਹੈ, ਹਾਂਜੀ, ਤਾਂ ਪ੍ਰਿੰਟ ਕਰ ਦਿਉ 2 ਨੂੰ, ਐਲ ਦੀ ਕੀਮਤ ਪ੍ਰਿੰਟ ਕਰ ਦਿਉ ਪਰਸੈਂਟੇਜ ਡੀ ਨਾਲ, ਪ੍ਰਿੰਟ ਹੋ ਜੂਗਾ। ਤਾਂ ਫਿਰ ਚੈੱਕ ਹੋਊ ਕੀ 2 3 ਦੇ ਬਰਾਬਰ ਹੈ, ਇਹ ਕੰਡੀਸ਼ਨ ਝੂਠੀ ਹੋ ਜੂਗੀ, ਹਾਲੇ ਵੀ ਬ੍ਰੇਕ ਨਹੀਂ ਚੱਲਦਾ ਕਿਉਂਕਿ ਇਹ ਕੰਡੀਸ਼ਨ ਝੂਠੀ ਹੈ। ਆਪਾਂ ਅੱਗੇ ਆ ਜਾਵਾਂਗੇ, 2 'ਚ 1 ਦਾ ਵਾਧਾ ਕਰ ਦਾਂਗੇ 3, ਤਾਂ ਅੱਗੇ ਕੰਡੀਸ਼ਨ ਚੈੱਕ ਹੋਊਗੀ ਕੀ 3 5 ਤੋਂ ਛੋਟਾ ਹੈ, ਹਾਂਜੀ ਛੋਟਾ ਹੈ, ਤਾਂ ਪ੍ਰਿੰਟ ਹੋ ਜੂਗਾ 3। ਹੁਣ ਇਫ ਸਟੇਟਮੈਂਟ 'ਚ ਕੀ 3 3 ਦੇ ਬਰਾਬਰ ਹੈ, ਹੁਣ ਇਹ ਕੰਡੀਸ਼ਨ ਸਟੂਡੈਂਟਸ ਸੱਚੀ ਹੋ ਗਈ, ਟਰੂ ਹੋ ਗਈ, 3 ਦੇ ਬਰਾਬਰ ਹੈ, ਤਾਂ ਫਿਰ ਕਿਹੜੀ ਕੰਡੀਸ਼ਨ ਚੱਲੂਗੀ, ਕਿਹੜੀ ਸਟੇਟਮੈਂਟ ਰਨ ਹੋਊਗੀ, ਬ੍ਰੇਕ, ਅਤੇ ਬ੍ਰੇਕ ਦਾ ਮਤਲਬ ਹੁੰਦਾ ਲੂਪ ਨੂੰ ਤੋੜਨਾ। ਹੁਣ ਸਾਡਾ ਲੂਪ ਟੁੱਟ ਜੂਗਾ, ਇਦੋਂ ਅਸੀਂ ਬਾਹਰ ਆ ਜਾਵਾਂਗੇ। ਬਾਹਰ ਆ ਕੇ ਅਸੀਂ ਕੀ ਕਰ ਰਹੇ ਹਾਂ, ਇੱਕ ਨਵੀਂ ਲਾਈਨ ਪ੍ਰਿੰਟ ਕਰ ਰਹੇ ਹਾਂ, ਖਾਲੀ ਲਾਈਨ, ਸਲੈਸ਼ ਇਹਦਾ ਮਤਲਬ ਹੈ ਨਿਊ ਲਾਈਨ ਕਰੈਕਟਰ, ਪਹਿਲਾਂ ਹੀ ਦੱਸਿਆ। ਹੁਣ ਕੰਟੀਨਿਊ ਸਟੇਟਮੈਂਟ ਦੇਖ ਲਓ, ਪ੍ਰਿੰਟ ਐਫ ਪ੍ਰਿੰਟਿੰਗ ਔਡ ਨੰਬਰਸ ਫਰੋਮ 1 to 5 ਵਿਦ ਕੰਟੀਨਿਊ ਸਟੇਟਮੈਂਟ। ਤੁਹਾਨੂੰ ਪਤਾ ਹੀ ਹੈ ਪ੍ਰਿੰਟ ਐਫ ਫੰਕਸ਼ਨ ਸਕਰੀਨ 'ਤੇ ਕੋਈ ਮੈਸੇਜ ਦਿਖਾਉਣ ਲਈ ਵਰਤਿਆ ਜਾਂਦਾ, ਅਸੀਂ ਸਾਰੇ ਕਿਤੇ ਪ੍ਰਿੰਟ ਐਫ ਫੰਕਸ਼ਨ ਹੀ ਵਾਰੀ ਵਰਤ ਰਹੇ ਹਾਂ, ਲਿਖਣ ਦਾ ਤਰੀਕਾ ਵੀ ਸੇਮ ਹੈ। ਸੋ ਅਸੀਂ ਫੇਰ ਫਾਰ ਲੂਪ ਵਰਤ ਰਹੇ ਹਾਂ, ਇੰਟ ਐਮ ਇਕੁਅਲ ਟੂ 1, ਇੱਕ ਨਵਾਂ ਵੇਰੀਏਬਲ ਡਿਕਲੇਅਰ ਕਰਤਾ ਐਮ, ਇੰਟੀਜਰ ਟਾਈਪ ਦਾ, ਅਤੇ ਉਹਦੇ 'ਚ ਕੀਮਤ ਪਾਤੀ 1। ਇੰਟੀਜਰ ਦਾ ਮਤਲਬ ਹੈ ਵੀ ਉਹਦੇ 'ਚ ਅੰਕ ਦੀ ਕੀਮਤ ਸਟੋਰ ਕੀਤੀ ਜਾ ਸਕਦੀ ਹੈ। ਵੇਰੀਏਬਲ ਅਸੀਂ ਕਿਉਂ ਵਰਤਦੇ ਹਾਂ ਪ੍ਰੋਗਰਾਮ ਵਿੱਚ, ਕਿਉਂਕਿ ਅਸੀਂ ਕੁਝ ਕੀਮਤਾਂ ਸਟੋਰ ਕਰਨੀਆਂ ਹੁੰਦੀਆਂ ਨੇ, ਉਹਦੇ 'ਚ ਮੁੱਲ ਯਾਦ ਰੱਖਣ ਲਈ ਅਸੀਂ ਵੇਰੀਏਬਲ ਜਿਹੜੀ ਹੈਗੇ ਹੈ ਉਹ ਹੀ ਕੰਸੈਪਟ ਯੂਜ਼ ਕਰਦੇ ਹਾਂ। ਵੇਰੀਏਬਲ ਦੀ ਡਾਟਾ ਟਾਈਪ ਹੁੰਦੀ ਹੈ ਵੀ ਉਹਦੇ 'ਚ ਕਿੱਦਾਂ ਦੀ ਕੀਮਤ ਨੂੰ ਯਾਦ ਰੱਖਿਆ ਜਾ ਸਕਦਾ, ਸਟੋਰ ਕੀਤਾ ਜਾ ਸਕਦਾ। ਅਸੀਂ ਲਿਖਿਆ ਇੰਟ, ਇੰਟ ਦਾ ਮਤਲਬ ਹੈ ਇੰਟੀਜਰ, ਇੰਟੀਜਰ ਦਾ ਮਤਲਬ ਹੈ ਅੰਕ, ਨੰਬਰ। ਸੋ ਅਸੀਂ 1 ਕੀਮਤ ਸਟੋਰ ਕਰਤੀ, ਠੀਕ ਹੈ ਜੀ, ਐੱਮ 'ਚ। ਹੁਣ ਅਸੀਂ ਕੰਡੀਸ਼ਨ ਲਾਤੀ ਵੀ ਐੱਮ ਦੀ ਕੀਮਤ 5 ਜਾਂ 5 ਤੋਂ ਘੱਟ ਹੋਣੀ ਚਾਹੀਦੀ ਹੈ, ਅਤੇ ਐੱਮ 'ਚ 1 ਦਾ ਵਾਧਾ ਹੋਵੇ, ਐੱਮ ਪਲੱਸ ਪਲੱਸ ਦਾ ਮਤਲਬ ਹੈ ਉਹਦੇ 'ਚ 1 ਦਾ ਇੰਕਰੀਮੈਂਟ। ਹੁਣ ਅਸੀਂ ਕੰਡੀਸ਼ਨ ਚੈੱਕ ਕਰ ਰਹੇ ਹਾਂ ਕੀ ਐੱਮ, ਫਿਰ ਦੇਖੋ ਮੋਡੂਲਸ ਓਪਰੇਟਰ ਆ ਗਿਆ, ਉੱਪਰ ਵੀ ਆਇਆ ਸੀ ਹੁਣ ਵੀ ਆ ਗਿਆ, ਕੀ ਐੱਮ ਦੀ ਕੀਮਤ ਨੂੰ ਜਦੋਂ ਅਸੀਂ 2 'ਤੇ ਵੰਡਾਂਗੇ ਤਾਂ ਸਾਡੇ ਕੋਲ ਬਾਕੀ 0 ਬਚੂਗਾ,
ਜੇਕਰ ਮੈਂ ਹੁਣ ਐੱਮ ਦੀ ਕੀਮਤ ਇੱਕ ਹੈ, ਐੱਮ ਦੀ ਕੀਮਤ ਇੱਕ ਹੈ, ਠੀਕ ਹੈ ਜੀ, ਅਤੇ ਐੱਮ ਨੂੰ ਦੋ 'ਤੇ ਵੰਡਿਆ, ਕੀ ਉਹ ਜ਼ੀਰੋ ਆਇਆ? ਨਹੀਂ, ਆ ਨਹੀਂ ਸਕਦਾ, ਕਿਉਂਕਿ ਜਦੋਂ ਟਾਂਕ ਨੂੰ ਜਿਸਤ 'ਤੇ ਵੰਡਾਂਗੇ ਤਾਂ ਬਾਕੀ ਜ਼ੀਰੋ ਨਹੀਂ ਬਚੂਗਾ। ਤਾਂ ਅਸੀਂ ਕਰਤਾ ਕੰਟੀਨਿਊ। ਕੰਟੀਨਿਊ ਦਾ ਮਤਲਬ ਹੈ ਵੀ ਇੱਥੋਂ ਹੀ ਉੱਪਰ ਨੂੰ ਹੋ ਜਾਓ, ਆਹ ਲਾਈਨ ਪ੍ਰਿੰਟ ਨਹੀਂ ਕਰਨੀ ਅਸੀਂ। ਘਰਲੀ ਬ੍ਰੈਕਟਾਂ ਦੇਖ ਲਓ ਕਿਹਦੀਆਂ ਕਿਹਦੀਆਂ ਕਿਹਦੇ ਨਾਲ ਜੁੜੀਆਂ ਹੋਈਆਂ, ਬਸ ਇੱਥੇ ਇਹੀ ਇਹੀ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ। ਦੇਖੋ ਆਹ ਜਿਹੜੀ ਕਰਲੀ ਬ੍ਰੈਕਟ ਹੈ ਇਹਦੇ ਨਾਲ ਜੁੜੀ ਹੋਈ ਹੈ, ਆਹ ਸਾਰੀ ਇੱਕ ਬਲੋਕ ਹੈ, ਇਫ ਸਟੇਟਮੈਂਟ ਦਾ ਬਲੋਕ ਹੈ ਇਹ, ਅਤੇ ਆਹ ਪ੍ਰਿੰਟ ਐਫ ਕਿਹਦਾ ਬਲੋਕ ਹੈ? ਫਾਰ ਲੂਪ ਦਾ, ਠੀਕ ਹੈ ਜੀ। ਆਹ ਕੁੰਡੀ ਦੇਖੋ, ਆਹ ਕਰਲੀ ਬ੍ਰੈਕਟ ਆਹ ਕਰਲੀ ਬ੍ਰੈਕਟ ਨਾਲ ਮਿਲਦੀ ਹੈ, ਆਹ ਇਫ ਸਟੇਟਮੈਂਟ ਹੈ। ਹੁਣ ਜਦੋਂ ਉਰੇ ਕੀਮਤ ਇੱਕ ਹੈ, ਇੱਕ ਨੂੰ ਜਦੋਂ ਦੋ 'ਤੇ ਵੰਡਾਂਗੇ ਤਾਂ ਬਾਕੀ ਜ਼ੀਰੋ ਨਹੀਂ ਬਚਦਾ, ਸੋ ਆਪਾਂ ਨੇ ਲਿਖਤਾ ਕੰਟੀਨਿਊ। ਕੰਟੀਨਿਊ ਦਾ ਕੀ ਮਤਲਬ ਹੈ? ਵੀ ਨੀਚੇ ਚੱਲੋ, ਠੀਕ ਹੈ ਜੀ। ਤਾਂ ਕੀ ਪ੍ਰਿੰਟ ਹੋਊਗਾ? ਇੱਕ ਪ੍ਰਿੰਟ ਹੋਜੂਗਾ, ਕੀ ਪ੍ਰਿੰਟ ਹੋਜੂਗਾ? ਇੱਕ ਪ੍ਰਿੰਟ ਹੋਜੂਗਾ, ਅਤੇ ਫਿਰ ਇੱਕ 'ਚ ਇੱਕ ਦਾ ਵਾਧਾ ਹੋਜੂਗਾ, ਦੋ, ਠੀਕ ਹੈ ਜੀ। ਹੁਣ ਦੋ ਪੰਜ ਤੋਂ ਛੋਟਾ ਛੋਟਾ, ਹੁਣ ਫਿਰ ਇਫ ਕੰਡੀਸ਼ਨ ਆ ਗਈ, ਜਦੋਂ ਇਫ ਕੰਡੀਸ਼ਨ ਆ ਗਈ ਦੋ ਨੂੰ ਦੋ 'ਤੇ ਵੰਡਾਂਗੇ ਤਾਂ ਬਾਕੀ ਕੀ ਬਚੂਗਾ? ਜ਼ੀਰੋ। ਤਾਂ ਜ਼ੀਰੋ ਜਦੋਂ ਆ ਜੂਗਾ ਤਾਂ ਮਤਲਬ ਹੋ ਜੂਗਾ ਕੰਟੀਨਿਊ। ਕੰਟੀਨਿਊ ਦਾ ਮਤਲਬ ਹੈ ਵੀ ਇੱਥੋਂ ਹੀ ਉੱਪਰ ਨੂੰ ਹੋ ਜਾਓ। ਹੁਣ ਦੋ ਪ੍ਰਿੰਟ ਨਹੀਂ ਹੋਊਗਾ, ਦੋ 'ਚ ਇੱਕ ਦਾ ਵਾਧਾ ਹੋ ਗਿਆ ਤਿੰਨ, ਤਿੰਨ ਪੰਜ ਤੋਂ ਛੋਟਾ, ਅਤੇ ਤਿੰਨ ਨੂੰ ਜਦੋਂ ਦੋ 'ਤੇ ਵੰਡਾਂਗੇ ਤਾਂ ਬਾਕੀ ਬਚੂਗਾ ਇੱਕ, ਇੱਕ ਇਹਦੇ ਬਰਾਬਰ ਨਹੀਂ ਹੈ ਜ਼ੀਰੋ ਦੇ, ਤਾਂ ਫਿਰ ਅਗਲੀ ਲਾਈਨ ਚੱਲੂਗੀ, ਆਹ ਲਾਈਨ ਨਹੀਂ ਚੱਲਦੀ ਕਿਉਂਕਿ ਇਹ ਕੰਡੀਸ਼ਨ ਝੂਠੀ ਹੋ ਗਈ। ਤਾਂ ਉਰੇ ਹੋਜੂਗਾ ਤਿੰਨ ਪ੍ਰਿੰਟ, ਪਹਿਲਾਂ ਇੱਕ ਪ੍ਰਿੰਟ ਹੋਇਆ ਸੀ, ਫਿਰ ਤਿੰਨ ਪ੍ਰਿੰਟ ਹੋਜੂਗਾ, ਇੱਦਾਂ ਹੀ ਤਿੰਨ 'ਚ ਇੱਕ ਦਾ ਵਾਧਾ ਹੋਜੂਗਾ ਚਾਰ, ਚਾਰ ਪੰਜ ਤੋਂ ਛੋਟਾ, ਇਸ ਲਈ ਲੂਪ ਚੱਲੂਗਾ। ਜਦੋਂ ਲੂਪ ਚੱਲ ਕੇ ਚਾਰ ਨੂੰ ਦੋ 'ਤੇ ਵੰਡਾਂਗੇ ਤਾਂ ਉਹ ਬਰਾਬਰ ਹੈ ਜ਼ੀਰੋ ਆਜੂ, ਕਿਉਂਕਿ ਚਾਰ ਨੂੰ ਜਦੋਂ ਦੋ 'ਤੇ ਵੰਡਦੇ ਤਾਂ ਬਾਕੀ ਜ਼ੀਰੋ ਬਚਦਾ, ਜ਼ੀਰੋ ਜ਼ੀਰੋ ਦੇ ਬਰਾਬਰ ਹੁੰਦਾ। ਇਹ ਕੰਡੀਸ਼ਨ ਸੱਚੀ ਹੋਊਗੀ, ਸੱਚੀ ਹੋਊਗੀ ਤਾਂ ਕੰਟੀਨਿਊ ਚੱਲੀ ਜਾਊ, ਕੰਟੀਨਿਊ ਸਟੇਟਮੈਂਟ ਰਨ ਕਰੂਗੀ। ਕੰਟੀਨਿਊ ਸਟੇਟਮੈਂਟ ਜਦੋਂ ਰਨ ਕਰੂਗੀ ਤਾਂ ਇਹਦਾ ਮਤਲਬ ਹੈ ਇੱਥੋਂ ਹੀ ਅਸੀਂ ਉੱਪਰ ਨੂੰ ਹੋ ਜਾਵਾਂਗੇ। ਉੱਪਰ ਨੂੰ ਹੋਣ ਦਾ ਕੀ ਮਤਲਬ ਹੈ? ਵੀ ਕੀਮਤ 'ਚ ਇੱਕ ਦਾ ਵਾਧਾ ਕਰ ਦਾਂਗੇ ਅਤੇ ਫਿਰ ਅਸੀਂ ਕੰਡੀਸ਼ਨ ਚੈੱਕ ਕਰਾਂਗੇ, ਠੀਕ ਹੈ ਜੀ। ਹੁਣ ਚਾਰ ਸੀ, ਚਾਰ 'ਚ ਇੱਕ ਦਾ ਵਾਧਾ ਹੋ ਗਿਆ ਪੰਜ, ਪੰਜ ਪੰਜ ਦੇ ਬਰਾਬਰ ਹੁੰਦਾ ਹੀ ਹੈ, ਫਿਰ ਇਫ ਸਟੇਟਮੈਂਟ ਚੱਲੂਗੀ। ਪੰਜ ਨੂੰ ਜਦੋਂ ਦੋ 'ਤੇ ਵੰਡਿਆ ਜਾਊਗਾ ਤਾਂ ਬਾਕੀ ਕਿੰਨਾ ਬਚੂਗਾ? ਜ਼ੀਰੋ ਤਾਂ ਨਹੀਂ ਬਚਦਾ, ਠੀਕ ਹੈ ਜੀ, ਕਿਉਂਕਿ ਟਾਂਕ ਹੈ। ਤਾਂ ਆਹ ਸਟੇਟਮੈਂਟ ਰਨ ਨਹੀਂ ਹੋਣੀ, ਸਿੱਧੀ ਆਹ ਸਟੇਟਮੈਂਟ ਰਨ ਹੋਊਗੀ, ਪ੍ਰਿੰਟ ਹੋਜੂਗਾ ਪੰਜ, ਉਸ ਤੋਂ ਬਾਅਦ ਆਹ ਸਟੇਟਮੈਂਟ ਚੱਲੂਗੀ, ਪੰਜ 'ਚ ਇੱਕ ਦਾ ਵਾਧਾ ਹੋ ਗਿਆ ਛੇ, ਛੇ ਕੀ? ਛੇ ਪੰਜ ਤੋਂ ਛੋਟਾ ਹੈ ਜਾਂ ਬਰਾਬਰ ਹੈ? ਹੁਣ ਇਹ ਕੰਡੀਸ਼ਨ ਹੀ ਝੂਠੀ ਹੋ ਗਈ, ਫਾਲਸ ਹੋ ਗਈ, ਛੇ ਤਾਂ ਪੰਜ ਤੋਂ ਵੱਡਾ ਹੁੰਦਾ, ਤਾਂ ਮਤਲਬ ਫਾਰ ਲੂਪ ਬੰਦ ਹੋ ਗਿਆ। ਅਤੇ ਅਗਲੀ ਲਾਈਨ ਪ੍ਰਿੰਟ ਹੋਜੂਗੀ ਪ੍ਰਿੰਟ ਐਫ ਸਲੈਸ਼ ਐਨ। ਹੁਣ ਅਸੀਂ ਆਖਰੀ ਐਂਡ 'ਤੇ ਆ ਗਏ, ਅਸੀਂ ਇੱਕ ਲੇਬਲ ਦਿੱਤਾ ਗੋ ਟੂ ਐਂਡ, ਸਿੱਧਾ ਵੀ ਇੱਕ ਸਟੇਟਮੈਂਟ ਹੈ, ਲੇਬਲ ਦਿੱਤਾ ਅਸੀਂ ਐਂਡ ਨਾਮ ਦਾ, ਤਾਂ ਐਂਡ ਨਾਮ ਦਾ ਲੇਬਲ ਆ ਪਿਆ, ਕੋਲਨ ਪਾਏ ਨੇ ਦੋ ਨਾਲ, ਤਾਂ ਹੁਣ ਇਦੋਂ ਬਾਅਦ ਕੀ ਹੋਵੇ? ਸਿੱਧਾ ਗੋ ਟੂ ਐਂਡ 'ਤੇ ਜਾਓ, ਤਾਂ ਉਹ ਐਂਡ 'ਤੇ ਐਂਡ ਕੀ ਹੈ? ਆਹ ਲਾਈਨ ਪ੍ਰਿੰਟ ਕਰ ਦਿਉ, ਪ੍ਰਿੰਟ ਐਫ ਐਂਡ ਆਫ ਪ੍ਰੋਗਰਾਮ। ਸੋ ਰਿਟਰਨ ਜ਼ੀਰੋ ਲਿਖਣਾ ਹੀ ਲਿਖਣਾ, ਠੀਕ ਹੈ, ਕਿਉਂਕਿ ਫੰਕਸ਼ਨ ਨੇ ਕੋਈ ਵੈਲਿਊ ਰਿਟਰਨ ਕਰਨੀ ਹੈ। ਸੋ ਸਟੂਡੈਂਟਸ, ਤੁਸੀਂ ਇਸ ਵੀਡੀਓ ਨੂੰ ਹੌਲੀ ਹੌਲੀ ਦੇਖਣਾ ਅਤੇ ਰਨ ਕਰਕੇ ਦੇਖਣਾ। ਮੈਂ ਹੁਣ ਤੁਹਾਨੂੰ ਰਨ ਕਰਕੇ ਦਿਖਾਉਂਦਾ, ਪਹਿਲਾਂ ਅਸੀਂ ਇਹਨੂੰ ਬਿਲਡ ਕਰਦੇ ਹਾਂ, ਫਿਰ ਅਸੀਂ ਇਹਨੂੰ ਰਨ ਕਰਦੇ ਹਾਂ,
ਹੁਣ ਸਾਨੂੰ ਕਿਹਾ ਗਿਆ ਵੀ ਕੋਈ ਨੰਬਰ ਐਂਟਰ ਕਰੋ, ਮੈਂ ਨੰਬਰ ਐਂਟਰ ਕਰਦਾ 3 ਕਰ ਦਿੰਦਾ, ਐਂਟਰ ਕੀ ਪ੍ਰੈਸ ਕਰੂੰਗਾ, ਦੇਖੋ ਪਹਿਲਾਂ ਆ ਗਿਆ ਨੰਬਰ ਇਜ਼ ਪੋਜ਼ਿਟਿਵ, ਸ਼ੁਰੂਆਤ 'ਚ ਚੱਲਦੇ ਹਾਂ, ਹੁਣ ਧਿਆਨ ਨਾਲ ਦੇਖਦੇ ਹਾਂ। ਦੇਖੋ ਜਦੋਂ ਉਹਨੇ ਮੈਨੂੰ ਕਿਹਾ ਐਂਟਰ ਏ ਨੰਬਰ, ਆਹ ਲਾਈਨ ਪ੍ਰਿੰਟ ਹੋਈ ਸਕਰੀਨ 'ਤੇ, ਐਂਟਰ ਆ ਨੰਬਰ, ਫਿਰ ਸਕੈਨ ਐਫ, ਮੈਂ ਇਹਨੂੰ ਥੋੜ੍ਹਾ ਜਿਹਾ ਸੈੱਟ ਕਰ ਲੈਂਦਾ, ਇਹਨੂੰ ਇੱਧਰ ਕਰ ਲੈਂਦੇ ਹਾਂ, ਇਹਨੂੰ ਇੱਧਰ ਕਰ ਲੈਂਦੇ ਹਾਂ, ਹੁਣ ਦੇਖੋ ਬਈ ਥੋੜ੍ਹਾ ਜਿਹਾ ਨੀਵਾਂ ਕਰ ਲੈਂਦੇ ਹਾਂ, ਹਾਂਜੀ ਹੁਣ ਦੇਖੋ ਪ੍ਰਿੰਟ ਐਫ ਨੇ ਸਕਰੀਨ 'ਤੇ ਪ੍ਰਿੰਟ ਕਰਾਇਆ ਐਂਟਰ ਆ ਨੰਬਰ, ਯੂਜ਼ਰ ਨੇ ਕੀਤਾ 3, ਜਦੋਂ ਉਹਨੇ ਐਂਟਰ ਕੀ ਪ੍ਰੈਸ ਕਰੀ ਤਾਂ ਸਕੈਨ ਐਫ ਫੰਕਸ਼ਨ ਚੱਲਿਆ, ਇਹਨੇ 3 ਵੈਲਿਊ ਨੂੰ ਨਾਮ 'ਚ ਸਟੋਰ ਕਰਤਾ, ਠੀਕ ਹੈ ਜੀ। ਹੁਣ ਉਰੇ ਕੰਡੀਸ਼ਨ ਚੈੱਕ ਹੋਈ ਕਿ 3 0 ਤੋਂ ਵੱਡਾ ਹੈ, ਵੱਡਾ ਹੈ ਤਾਂ ਕੀ ਪ੍ਰਿੰਟ ਕਰੋ, ਉਹਦਾ ਨੰਬਰ ਇਜ਼ ਪੋਜ਼ਿਟਿਵ, ਪ੍ਰਿੰਟ ਹੋ ਗਿਆ ਉਹਦਾ ਨੰਬਰ ਇਜ਼ ਪੋਜ਼ਿਟਿਵ। ਫਿਰ ਕਿਉਂਕਿ 3 0 ਤੋਂ ਵੱਡਾ ਸੀ ਤਾਂ ਇਫ ਸਟੇਟਮੈਂਟ ਚੱਲੀ, ਠੀਕ ਹੈ ਜੀ। ਉਹਨੇ ਚੈੱਕ ਕੀਤਾ ਵੀ 3 ਨੂੰ 2 'ਤੇ ਵੰਡੀਏ ਮੋਡੂਲਸ ਓਪਰੇਟਰ ਨਾਲ, ਬਾਕੀ ਕਿੰਨਾ ਬਚਦਾ, ਕੀ 0 ਬਚਦਾ, ਨਹੀਂ ਜੀ 1 ਬਚਦਾ, ਤਾਂ ਐਲਸ ਵਾਲਾ ਹੀ ਕਹਾਣੀ ਚੱਲੂਗੀ। ਐਲਸ 'ਚ ਕੀ ਪ੍ਰਿੰਟ ਹੋਊਗਾ, ਦਾ ਨੰਬਰ ਇਜ਼ ਔਡ, ਦੇਖੋ ਪ੍ਰਿੰਟ ਹੋ ਗਿਆ ਦਾ ਨੰਬਰ ਇਜ਼ ਔਡ। ਫਿਰ ਐਲਸ ਇਫ ਨੰਬਰ ਇਜ਼ ਲੈਸ ਦੈਨ 0, ਨਾ ਨੰਬਰ ਤਾਂ 3 ਤੋਂ ਵੱਡਾ ਸੀ ਤੋਂ ਆ ਵੀ ਨਹੀਂ ਚੱਲਦੀ ਕਹਾਣੀ, ਠੀਕ ਹੈ ਜੀ। ਹੁਣ ਸਿੱਧਾ ਆਪਾਂ ਸਵਿੱਚ ਕੇਸ 'ਤੇ ਆ ਗਏ, 3 ਆਪਾਂ ਨੇ ਐਂਟਰ ਕੀਤਾ ਹੋਇਆ ਤਾਂ ਨੰਬ 'ਚ ਕਿੰਨੀ ਕੀਮਤ ਹੈ, 3। ਕੀ 3 1 ਨਾਲ ਮਿਲਦਾ, ਨਹੀਂ। ਕੀ 3 2 ਨਾਲ ਮਿਲਦਾ, ਨਹੀਂ। 3 3 ਨਾਲ ਮਿਲੂਗਾ ਤਾਂ ਪ੍ਰਿੰਟ ਕੀ ਹੋਊਗਾ, ਦਾ ਨੰਬਰ ਇਜ਼ 3, ਦੇਖੋ ਪ੍ਰਿੰਟ ਹੋ ਗਿਆ ਦਾ ਨੰਬਰ ਇਜ਼ 3। ਹੁਣ ਆ ਗਏ ਆਪਾਂ ਅੱਗੇ ਡੂ ਵਾਈਲ ਲੂਪ ਵਿੱਚ। ਡੂ ਵਾਈਲ ਲੂਪ ਕੀ ਕਹਿੰਦਾ, ਪਹਿਲਾਂ ਪ੍ਰਿੰਟ ਐਫ ਫੰਕਸ਼ਨ ਹੈ, ਪ੍ਰਿੰਟਿੰਗ ਦਾ ਨੰਬਰ ਫਰੋਮ 1 to 5 ਯੂਜਿੰਗ ਡੂ ਵਾਈਲ ਲੂਪ, ਉਹ ਆ ਪ੍ਰਿੰਟ ਹੋ ਗਈ ਪਹਿਲਾਂ, ਠੀਕ ਹੈ ਜੀ। ਹੁਣ ਅਸੀਂ ਕੀ ਕਰ ਰਹੇ ਹਾਂ, ਕੰਡੀਸ਼ਨਾਂ ਚੈੱਕ ਕਰ ਰਹੇ ਹਾਂ, ਠੀਕ ਹੈ ਜੀ। ਇੱਥੇ ਤੱਕ ਡੂ ਵਾਈਲ ਲੂਪ ਦੀ ਬੋਡੀ ਹੈ, ਤਾਂ ਪ੍ਰਿੰਟ ਹੋ ਗਿਆ 1 to 5 ਤੱਕ, 1 2 3 4 5 ਆਹ ਪ੍ਰਿੰਟ ਹੋ ਗਿਆ 1 2 3 4 5 ਸਪੇਸ ਦੇ ਕੇ, ਕਿਉਂਕਿ ਅਸੀਂ ਉਰੇ ਵੀ 1 ਪ੍ਰਸੈਂਟੇਜ ਡੀ ਤੋਂ ਬਾਅਦ ਸਪੇਸ ਦਿੱਤੀ ਹੋਈ ਹੈ, ਪ੍ਰਸੈਂਟੇਜ ਡੀ 'ਚ ਵੈਲਿਊ ਆਊਗੀ ਆਈ ਦੀ। ਤਾਂ ਹੁਣ ਆ ਜਾਓ ਅੱਗੇ, ਫਿਰ ਅਸੀਂ ਪ੍ਰਿੰਟ ਕਰਾਤਾ ਪ੍ਰਿੰਟਿੰਗ ਨੰਬਰ 1 to 5 ਯੂਜਿੰਗ ਫਾਰ ਲੂਪ, ਆਹ ਫਾਰ ਲੂਪ ਆ ਗਿਆ, ਇਹਦੇ 'ਚ ਵੀ 1 2 3 4 5 ਹੋ ਗਏ। ਫਾਰ ਲੂਪ ਦੀ ਬੋਡੀ ਇੰਨੀ ਕੁ ਹੈ, ਠੀਕ ਹੈ ਜੀ। ਦੇਖੋ ਇਹਨੇ ਲਾਈਨ ਬਦਲਤਾ, ਤਾਂ ਹੀ ਸਾਡੀ ਹਰ ਆਊਟਪੁੱਟ ਨਵੀਂ ਲਾਈਨ 'ਚ ਆ ਰਹੀ ਹੈ, ਠੀਕ ਹੈ ਜੀ, ਨਿਊ ਲਾਈਨ ਕਰੈਕਟਰ ਨੇ। ਫਿਰ ਵਾਈਲ ਲੂਪ 'ਚ ਅਸੀਂ ਚੈੱਕ ਕੀਤਾ ਤਾਂ ਸਾਡਾ ਵਾਈਲ ਲੂਪ ਨੇ ਵੀ 1 to 3 4 5 ਪ੍ਰਿੰਟ ਕਰਾਤਾ, ਲਾਈਨ ਬਦਲਤੀ। ਤਾਂ ਅੱਗੇ ਅਸੀਂ ਚੈੱਕ ਕੀਤਾ ਬ੍ਰੇਕ ਸਟੇਟਮੈਂਟ ਨਾਲ ਕਿ ਸਾਡੀ 3 ਤੱਕ ਹੀ ਪ੍ਰਿੰਟਿੰਗ ਹੋਵੇ, 3 ਤੋਂ ਬਾਅਦ ਬ੍ਰੇਕ ਹੋ ਜਾਵੇ, ਤਾਂ 3 ਤੋਂ ਬਾਅਦ ਬ੍ਰੇਕ ਹੋ ਗਈ। ਦੇਖੋ ਅੱਗੇ ਸਾਡੀ ਜਿਹੜੀ ਆਊਟਪੁੱਟ ਆ ਉਹ 1 2 3 ਹੈ। ਫਿਰ ਅਸੀਂ ਨੰਬਰ ਐਂਟਰ ਕੀ ਕੀਤਾ ਹੋਇਆ, ਨੰਮ 'ਚ 3, ਠੀਕ ਹੈ ਜੀ। ਹੁਣ ਅਸੀਂ ਫਾਰ ਲੂਪ ਕਰ ਰਹੇ ਹਾਂ, ਕੰਟੀਨਿਊ ਸਟੇਟਮੈਂਟ ਦੀ ਉਦਾਹਰਣ ਦੇਣੀ ਹੈ, ਇਹਨੇ ਸਿਰਫ ਔਡ ਨੰਬਰ ਹੀ ਪ੍ਰਿੰਟ ਕਰਨੇ ਨੇ, ਕਿਉਂਕਿ ਜੇਕਰ ਨੰਬਰ ਆਹ ਕੰਡੀਸ਼ਨ ਕੀ ਚੈੱਕ ਕਰਦੀ ਹੈ, ਜੇਕਰ ਨੰਬਰ ਈਵਨ ਹੈ ਭਾਵ ਨੰਬਰ ਨੂੰ ਜਾਂ ਕੀਮਤ ਨੂੰ ਵੰਡੇ 'ਤੇ ਬਾਕੀ ਕੁਛ ਨਹੀਂ ਬਚਦਾ, ਭਾਵ 0 ਰਹਿੰਦਾ, ਤਾਂ ਕੰਟੀਨਿਊ ਹੋਵੇ, ਭਾਵ ਲੂਪ ਦੁਆਰਾ ਸ਼ੁਰੂ ਹੋ ਜਾਵੇ, ਲੂਪ ਦੀ ਬੋਡੀ ਵਾਲੀ ਸਟੇਟਮੈਂਟ ਐਗਜੀਕਿਊਟ ਨਾ ਹੋਵੇ, ਨਾ ਚੱਲੇ। ਸੋ ਇਹ ਹਮੇਸ਼ਾ ਉਦੋਂ ਹੀ ਚੱਲੂਗਾ, ਇਹਦਾ ਮਤਲਬ ਹੈ ਪ੍ਰਿੰਟ ਐਫ ਸਟੇਟਮੈਂਟ ਉਦੋਂ ਹੀ ਚੱਲੂਗੀ ਜਦੋਂ ਕੀਮਤ ਨੈਗੇਟਿਵ ਹੈ। ਜੇ ਕੀਮਤ ਪੋਜ਼ਿਟਿਵ ਹੋਈ, ਭਾਵ 2 'ਤੇ ਵੰਡੀ ਜਾ ਸਕਦੀ ਹੋਈ ਅਤੇ ਬਾਕੀ 0 ਬਚਦਾ ਹੋਇਆ, ਤਾਂ ਆਹ ਸਟੇਟਮੈਂਟ ਨਹੀਂ ਚੱਲੂਗੀ।
ਇਸ ਲਈ ਪ੍ਰਿੰਟ ਹੋਊਗਾ 1 3 5। ਠੀਕ ਹੈ ਜੀ। ਉਦੋਂ ਬਾਅਦ ਤਾਂ ਅਸੀਂ ਕਿਹਾ ਗੋ ਟੂ ਐਂਡ, ਗੋ ਟੂ ਸਟੇਟਮੈਂਟ। ਐਂਡ ਦਾ ਮਤਲਬ ਵੀ ਜਿੱਥੇ ਐਂਡ ਲਿਖਿਆ ਹੋਇਆ ਉੱਥੇ ਜਾ ਕੇ ਉੱਥੋਂ ਸ਼ੁਰੂ ਕਰ ਪ੍ਰੋਗਰਾਮ। ਐਂਡ ਆ ਲਿਖਿਆ ਹੋਇਆ, ਸੋ ਪ੍ਰਿੰਟ ਐਫ ਇਹ ਹੋ ਗਿਆ। ਮੈਂ ਹੁਣ ਉਦਾਹਰਣ ਦੇ ਦਿੰਦਾ ਤੁਹਾਨੂੰ, ਮੈਂ ਇੱਥੇ ਇੱਕ ਪ੍ਰਿੰਟ ਐਫ ਲਿਖ ਦਿੰਦਾ, ਪ੍ਰਿੰਟ ਐਫ ਮਨਿੰਦਰ ਸਿੰਘ ਸੈਮੀਕੋਲਨ ਪਾਤਾ ਮੈਂ। ਆਪਾਂ ਇਹਨੂੰ ਦੁਬਾਰਾ ਰਨ ਅਤੇ ਕੰਪਾਈਲ ਕਰਦੇ ਹਾਂ। ਠੀਕ ਹੈ, ਫਿਰ ਕੀ ਹੋਊਗਾ, ਰਨ ਅਤੇ ਕੰਪਾਈਲ ਕੀਤਾ, ਇੱਥੇ ਆਪਣੇ ਤੋਂ ਸੈਮੀ ਕੋਲਨ, ਇੱਥੇ ਆਉਣਾ ਸੀ ਵਾਈਲ ਅਤੇ ਕੀ। ਹੁਣ ਆਪਾਂ ਕਰਦੇ ਹਾਂ, ਗਲਤੀ ਹੋ ਗਈ ਸੀ ਕਿਉਂਕਿ ਸਿਲੈਕਟ ਕੀਤਾ ਹੋਇਆ ਸੀ ਤਾਂ ਡਿਲੀਟ ਹੋ ਗਿਆ ਸੀਗਾ, ਇਹ ਕੀਵਰਡ ਮੇਰੇ ਤੋਂ ਡਿਲੀਟ ਹੋ ਗਿਆ ਸੀ, ਇਸ ਕਰਕੇ ਐਰਰ ਸੀਗੀ, ਮੈਂ ਐਰਰ ਦੂਰ ਕਰਤੀ। ਹੁਣ ਨੰਬਰ ਆਪਾਂ ਕਰਦੇ ਹਾਂ 3। ਤਾਂ ਤੁਸੀਂ ਦੇਖੋ, ਮੈਂ ਇੱਕ ਸਟੇਟਮੈਂਟ ਲਿਖੀ ਸੀ ਗੋ ਟੂ ਐਂਡ ਤੋਂ ਬਾਅਦ ਪ੍ਰਿੰਟ ਐਫ ਮਨਿੰਦਰ ਸਿੰਘ। ਦੇਖੋ 1 3 5 ਤੋਂ ਬਾਅਦ ਐਂਡ ਆਫ ਪ੍ਰੋਗਰਾਮ 'ਤੇ ਜਾ ਕੇ ਸਿੱਧੀ ਆਹ ਚੀਜ਼ ਐਗਜੀਕਿਊਟ ਹੋਈ ਹੈ, ਇਦੋਂ ਬਾਅਦ ਆ ਨਹੀਂ ਚੱਲੀ। ਸੋ ਆ ਚੱਲੀ, ਜੇ ਮੈਂ ਗੋ ਟੂ ਐਂਡ ਨੂੰ ਕਮੈਂਟ ਕਰ ਦੇਵਾਂ, 2 ਫਾਰਵਰਡ ਸਲੈਸ਼ਿਜ਼ ਨਾਲ ਕਮੈਂਟ ਹੁੰਦਾ, ਕਮੈਂਟ ਐਗਜੀਕਿਊਟ ਨਹੀਂ ਹੁੰਦਾ, ਹੁੰਦਾ ਕਮੈਂਟ ਚੱਲਦਾ ਨਹੀਂ ਹੁੰਦਾ। ਸੋ ਹੁਣ ਕੀ ਹੋਊਗਾ, ਐਗਜੀਕਿਊਟ ਕਰਦੇ ਹਾਂ 3। ਤਾਂ ਤੁਸੀਂ ਦੇਖੋ, ਮਨਿੰਦਰ ਸਿੰਘ ਵੀ ਪ੍ਰਿੰਟ ਹੋ ਰਿਹਾ ਹੁਣ, ਐਂਡ ਆਫ ਪ੍ਰੋਗਰਾਮ, ਦੋਨੋਂ ਚੀਜ਼ਾਂ ਪ੍ਰਿੰਟ ਹੋ ਰਹੀਆਂ ਨੇ, ਮਨਿੰਦਰ ਸਿੰਘ ਵੀ, ਐਂਡ ਆਫ ਪ੍ਰੋਗਰਾਮ ਵੀ, ਕਿਉਂਕਿ ਆਪਾਂ ਗੋ ਟੂ ਸਟੇਟਮੈਂਟ ਨੂੰ ਕਮੈਂਟ ਕਰਤਾ, ਮਤਲਬ ਇਹ ਇੱਥੇ ਹੁਣ ਐਗਜਿਸਟ ਨਹੀਂ ਕਰਦੀ, ਤਾਂ ਪ੍ਰਿੰਟ ਐਫ ਵੀ ਚੱਲੂਗਾ ਅਤੇ ਪ੍ਰਿੰਟ ਐਫ ਨਿਚਲਾ ਵੀ ਚੱਲੂਗਾ। ਸਲੈਸ਼ ਐਨ ਆਪਾਂ ਨੇ ਲਿਖਿਆ ਨਹੀਂ, ਜੇ ਮੈਂ ਉਰੇ ਸਲੈਸ਼ ਐਨ ਪਾ ਦੇਵਾਂ ਤਾਂ ਕੀ ਹੋਊਗਾ, ਇਹਦੇ ਨਾਲ ਮਨਿੰਦਰ ਸਿੰਘ ਇੱਕ ਲਾਈਨ 'ਚ ਆਊਗਾ, ਐਂਡ ਆਫ ਪ੍ਰੋਗਰਾਮ ਨਵੀਂ ਲਾਈਨ 'ਚ ਆਊਗਾ। ਚਲਾ ਕੇ ਦੇਖਦੇ ਹਾਂ, ਰਨ, ਦੇਖ
ਦੇਖੋ, ਆਊਟਪੁੱਟ ਦੇਖੋ। ਮਨਿੰਦਰ ਸਿੰਘ ਅਲੱਗ ਲਾਈਨ 'ਚ ਹੈ, ਐਂਡ ਆਫ ਪ੍ਰੋਗਰਾਮ ਅਲੱਗ ਲਾਈਨ 'ਚ। ਸੋ ਇਸ ਤਰ੍ਹਾਂ ਸਟੂਡੈਂਟਸ ਅਸੀਂ ਆਪਣੇ ਸੀ ਦੇ ਕੁਛ ਫੰਕਸ਼ਨਸ ਨੂੰ ਅਤੇ ਬ੍ਰਾਂਚਿੰਗ ਸਟੇਟਮੈਂਟਸ ਨੂੰ, ਲੂਪਸ ਨੂੰ ਇਸ ਪ੍ਰੋਗਰਾਮ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀਡੀਓ ਨੂੰ ਵਾਰ ਵਾਰ ਦੇਖੋਗੇ ਤਾਂ ਤੁਹਾਨੂੰ ਸਾਰਾ ਪ੍ਰੋਗਰਾਮ ਸਮਝ ਆ ਜਾਏਗਾ, ਕਿੱਥੇ ਸੈਮੀ ਕੋਲਨ ਪਾਉਣਾ, ਕਿੱਥੇ ਕੋਲਨ ਪਾਉਣਾ, ਕਿਹੜਾ ਅੱਖਰ ਵੱਡਾ ਲਿਖਣਾ, ਕਿਹੜਾ ਛੋਟਾ ਲਿਖਣਾ। ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਵੀ ਸੀ ਪ੍ਰੋਗਰਾਮਿੰਗ ਵਿੱਚ ਸਾਰੇ ਅੱਖਰ ਛੋਟੇ ਹੀ ਵਰਤੇ ਜਾਣ, ਅਤੇ ਕੌਮਿਆਂ ਦਾ ਸੈਮੀ ਕੋਲਨ ਅਤੇ ਕੋਲਨ ਦਾ ਧਿਆਨ ਰੱਖਣਾ। ਪ੍ਰਿੰਟ ਐਫ ਫੰਕਸ਼ਨ ਨੂੰ ਧਿਆਨ ਨਾਲ ਦੇਖ ਲੈਣਾ। ਕਰਲੀ ਬ੍ਰੈਕਟਸ ਲਿਮਿਟ ਕਰਦੀਆਂ ਨੇ ਵੀ ਕਿੱਥੋਂ ਚੀਜ਼ ਸ਼ੁਰੂ ਹੁੰਦੀ ਹੈ ਅਤੇ ਕਿੱਥੇ ਬੰਦ ਹੁੰਦੀ ਹੈ। ਜਿੰਨੀਆਂ ਘੁੰਡੀਆਂ ਵਾਲੀਆਂ ਬ੍ਰੈਕਟਾਂ, ਕਰਲੀ ਬ੍ਰੈਕਟਸ ਆਪਾਂ ਓਪਨ ਕਰਨੀਆਂ, ਉਨੀਆਂ ਹੀ ਬੰਦ ਕਰਨੀਆਂ। ਸੋ ਤੁਸੀਂ ਇਸ ਵੱਡੇ ਸਾਰੇ ਪ੍ਰੋਗਰਾਮ ਵਿੱਚ ਅਲੱਗ ਅਲੱਗ ਜਿਹੜੇ ਆਪਾਂ ਬਲੌਕ ਬਣਾਏ ਹੋਏ ਨੇ ਉਹਨਾਂ ਨੂੰ ਸਮਝਣਾ। ਵੀਡੀਓ ਨੂੰ ਵਾਰ ਵਾਰ ਦੇਖੋ ਅਤੇ ਕੋਸ਼ਿਸ਼ ਕਰੋ ਵੀ ਇਹ ਪ੍ਰੋਗਰਾਮ ਤੁਹਾਨੂੰ ਯਾਦ ਹੋ ਜਾਵੇ। ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ।